ਬਿਸਮਿਲ੍ਲਾਹਿਰਹਮਾਨਿਰਹੀਮ ਚੈਪਟਰ ਨੰਬਰ ਹੈ ਸਾਡਾ 4 ਔਰ ਲੈਸਨ ਨੰਬਰ ਹੈ 2 3 ਪੇਜ ਨੰਬਰ 191 ਗੱਲ ਹੈ ਹੀ ਹੋ ਰਹੀ ਹੈ ਇਹ ਅਸੀਂ ਪਿੱਛੇ ਪੜ ਕੇ ਆਏ ਆ ਕਿ ਜਦੋਂ ਅਸੀਂ ਖੱਬੇ ਪਾਸੇ ਦੇ ਮੁਤਲਕ ਸੀ ਇਹ ਹੁਣ ਦੇ ਇਸ ਤਰ੍ਹਾਂ ਸੱਜੇ ਪਾਸੇ ਦੇ ਮੁਤਲਕ ਹੈ ਸਵਾਲ ਹੋ ਹੀ ਨੇ ਇੰਤਹਾਈ ਈਜ਼ੀ ਹੈ ਸਿਨਿਆਲੇ ਸਿਗਨਲ ਦੀ ਪ੍ਰੇ ਅਵੀਜ਼ੋ ਅਗਾਪ ਕਰਦੇ ਆ ਤੇ ਦਿਰੇ ਸਿਓ ਨੇ ਡਾਇਰੈਕਸ਼ਨ ਹੈ ਓਬਲੀਗਾਟੋਰੀਆ ਲਾਜ਼ਮ ਅਦੇਸਤਰਾ ਸੱਜੇ ਪਾਸੇ ਦੀ ਸਵਾਲ ਨੰਬਰ 1 ਇਲਸ ਨਿਆਲੇ ਦਾ ਫਿਗਰਾ ਤੋਂ ਦਿਖਾਇਆ ਗਿਆ ਸਿਗਨਲ A ਹੈ ਉਨ ਪ੍ਰੇਵਿਜ਼ ਆਫ ਦੀ ਓਬਲੀਗੋ ਦੀ ਜ਼ਵਲ ਤਾਰੇ ਅਦੇਸਤਰਾ ਦਿਖਾਇਆ ਗਿਆ ਸਿਗਨਲ ਇੱਕ ਅਗਾਈ ਪਿਆ ਕਰਦਾ ਹੈ ਸਾਨੂੰ ਦੱਸਦਾ ਪਿਆ ਕਿ ਲਾਜ਼ਮ ਹੈ ਤੁਸੀਂ ਮੁਰਨਾ ਹੈ ਅਦੇਸਤਰਾ ਸੱਜੇ ਪਾਸੇ ਨੋਟਿਸ ਦੇ ਰਿਹਾ ਸਾਨੂੰ ਦੱਸ ਰਿਹਾ ਅਗਾਹ ਪਿਆ ਕਰਦਾ ਫਿਰ ਵੀਜ਼ੋ ਕਿ ਤੁਸੀਂ ਸੱਜੇ ਪਾਸੇ ਮੁਰਨਾ ਹੈ ਸਵਾਲ ਨੰਬਰ 2 ਇਸ ਨੇ ਵਾਲੇ ਰਾਫੀ ਗੁਰਾ ਤੋਂ ਦਿਖਾਇਆ ਗਿਆ ਸਿਗਨਲ ਫਿਰ ਨਨਚਾ ਅਗਾਹ ਪਿਆ ਕਰਦਾ ਹੈ ਕਿ ਨਨ ਇਕਨ ਸੰਤੀ ਤੋਂ ਇਜਾਜ਼ਤ ਨਹੀਂ ਪ੍ਰੋਸੀਗੂਇਰੇ ਦਿੱਤੋ ਸਿੱਧਿਆਂ ਜਾਣ ਦੀ ਉਸਵਲ ਤਾਰਿਆ ਸਨਿਸਤਰਾ ਔਰ ਖੱਬੇ ਮੁਰਨ ਦੀ ਜ਼ੀਰੋ ਹੋ ਗਿਆ ਹੁਣ ਪਿਛਲੇ ਚੈਪਟਰ ਦੇ ਵਿੱਚ ਪੇਜ ਦੇ ਵਿੱਚ ਇਹ ਹੀ ਸਵਾਲ ਜਿੱਦੋਂ ਤੁਸੀਂ ਇਹ ਵੇਖਣਾ ਕੀ ਹੈ ਕਿਹ ਹੂਨ ਅਗਰ ਇਹ ਵੇਖੋ ਨਾ ਅਗਰ ਸਾਈਨ ਸੱਜੇ ਪਾਸੇ ਦਾ ਤੇ ਫੇਰ ਸਿੱਧਾ ਜਾਣਾ ਵੀ ਮਨ ਹੈ ਤੇ ਇਸ ਨਿਸਤਰਾ ਖੱਬੇ ਜਾਣਾ ਵੀ ਮਨ ਹੈ ਸਿਰਫ ਤੁਸੀਂ ਇਧਰ ਹੀ ਜਾਣਾ ਐਸ ਪਾਸੇ ਨਹੀਂ ਜਾਣਾ ਠੀਕ ਹੈ ਇਹ ਤੁਸਾਂ ਧਿਆਨ ਨਾਲ ਰੱਖਣਾ ਹੈ ਕਿ ਬਈ ਕਿਉਂਕਿ ਪਿਛਲੇ ਪੇਜ ਤੇ ਆ ਸਵਾਲ ਫਾਲਸੋਸੀ ਇੱਥੇ ਆ ਕੇ ਵੇਰੋ ਹੋ ਗਿਆ ਵੇਰੋ ਤਾਂ ਹੈ ਕਿਉਂਕਿ ਹੂਨ ਡਾਇਰੈਕਸ਼ਨ ਸੱਜੇ ਪਾਸੇ ਦੀ ਤੇ ਸਿਨਿਸਤਰਾ ਤੁਸੀਂ ਨਹੀਂ ਜਾ ਸਕਦੇ ਸਵਾਲ ਨੰਬਰ 3 ਇਸ ਸੁਨਿਆਲੇ ਰਾਫੀ ਗੁਰਾਦੋ ਦਿਖਾਇਆ ਗਿਆ ਸਿਗਨਲ ਪਰੇਛੇ ਦੇ ਉਨ ਇਨਕਰੋਚੋ ਅੱਗੇ ਇੱਕ ਚੌਕੇ ਕੋਨੋਬਲੀਗੋ ਜਿੱਥੇ ਲਾਜ਼ਮ ਹੈ ਦੀ ਜ਼ੁਲਤਾਰਿਆ ਦੇ ਇਸਤਰਾ ਸੱਜੇ ਮੁਰਨਾ ਵਿਰੋ ਸਵਾਲ ਨੰਬਰ 4 ਇਸ ਸੁਨਿਆਲੇ ਰਾਫੀ ਗੁਰਾਦੋ ਦਿਖਾਇਆ ਗਿਆ ਸਿਗਨਲ ਪਰਨਨਚਾ ਅਗਾ ਪਿਆ ਕਰਦਾ ਉਨ ਇਨਕਰੋਚੋ ਇੱਕ ਚੌਕੇ ਓਵੇ ਜਿੱਥੇ ਨਾਨ ਇਕਨਸੈਂਟੀਤ ਤੋ ਇਜਾਜ਼ਤ ਨਹੀਂ ਪ੍ਰੋਸੀਗੂਰਦਿਤ ਤੋ ਸਿੱਧੇ ਅੰਜਾਨ ਦੀ ਬਿਲਕੁਲ ਠੀਕ ਜ਼ੀਰੋ ਸਵਾਲ ਨੰਬਰ 5 ਇਲ ਸੁਨਿਆਲਰਾ ਫਿਗਰਾ ਤੋ ਦਿਖਾਇਆ ਗਿਆ ਸਿਗਨਲ ਪ੍ਰੇ ਨੁੰਚਾ ਅਗਾ ਪਿਆ ਕਰਦਾ ਹੈ ਕਿ ਨਾਨ ਇਕਨਸੈਂਟੀਤ ਤੋ ਇਜਾਜ਼ਤ ਨਹੀਂ ਜੀਰਾਰੇ ਅਸਨਿਸਤਰਾ ਖੱਬੇ ਪਾਸੇ ਕੁਮਨ ਦੀ ਘੁਮਾਨ ਦੀ ਯਾਨੀ ਕਿ ਸਟੀਅਰਿੰਗ ਨੂੰ ਘੁਮਾਨਦੀ ਆਪੀ ਮੁਰਨ ਦੀ ਇਜਾਜ਼ਤ ਨਹੀਂ ਹੈ ਜ਼ੀਰੋ ਸਵਾਲ ਨੰਬਰ 6 ਇਲਸਿਨੀਆਲੇਰਾਫੀ ਗ੍ਰਾਫੀਕ ਰਾਤੋ ਇਹ ਉਸਨੀਆਲੇ ਦੀ ਪ੍ਰੈਸ ਕਰੀਸੀਓ ਨੇ ਦਿਖਾਇਆ ਗਿਆ ਸਿਗਨਲ ਇੱਕ ਪਾਬੰਦੀ ਵਾਲਾ ਸਿਗਨਲ ਹੈ ਵੇਰੋ ਸਵਾਲ ਨੰਬਰ 7 ਇਲਸਿਨੀਆਲੇਰਾਫੀ ਗ੍ਰਾਫੀਕ ਰਾਤੋ ਦਿਖਾਇਆ ਗਿਆ ਸਿਗਨਲ ਪ੍ਰਨੁਨਚਾ ਅਗਾਪਿਆ ਕਰਦਾ ਲਾ ਉਨੀ ਕਾ ਦਿਰੇਸੀਓ ਨੇ ਕੌਨਸੈਂਟਿਤਾ ਇੱਕ ਹੀ ਡਾਇਰੈਕਸ਼ਨ ਹੈ ਜਿਹਦੀ ਸਾਨੂੰ ਇਜਾਜ਼ਤ ਹੈ ਸਵਾਲ ਠੀਕ ਹੈ ਉਹ ਕਿਸ ਤਰ੍ਹਾਂ ਠੀਕ ਹੈ ਉਸ ਤਸਵੀਰ ਦੇ ਵਿੱਚ ਵੇਖੋ ਹਾਂ ਇਸ ਤੋਂ ਇਲਾਵਾ ਇੱਕ ਹੀ ਉਹ ਡਾਇਰੈਕਸ਼ਨ ਦੇ ਰਿਹਾ ਨਾ ਸਾਨੂੰ ਕਿ ਸਿਰਫ ਤੁਸੀਂ ਸੱਜੇ ਜਾਣਾ ਹੈ ਇਸ ਤਰ੍ਹਾਂ ਜਾਣਾ ਹੈ ਕਿ ਆ ਇਹਦੇ ਨਾਲ ਇੰਜਣ ਨੇ ਉਤਾਂ ਦੀ ਡਾਇਰੈਕਸ਼ਨ ਦਿੱਤੀ ਹੈ ਅਗਰ ਯਾ ਇਹਨੇ ਇਸ ਤਰ੍ਹਾਂ ਖੱਬੇ ਪਾਸੇ ਦੀ ਡਾਇਰੈਕਸ਼ਨ ਦਿੱਤੀ ਨਹੀਂ ਨਾ ਦਿੱਤੀ ਤੇ ਫਿਰ ਇੱਕ ਹੀ ਡਾਇਰੈਕਸ਼ਨ ਹੈ ਉਹੀ ਕਾ ਡਾਇਰੈਕਸ਼ਨ ਹੈ ਇੱਕ ਹੀ ਡਾਇਰੈਕਸ਼ਨ ਹੈ ਜਿਹਦੀ ਇਜਾਜ਼ਤ ਹੈ ਸਵਾਲ ਨੰਬਰ 8 ਇਹ ਲ ਸਿਨਿਆਲੇ ਰਾਫਿਗਰਾਤੋ ਇਹਨੂੰ ਸਿਨਿਆਲੇ ਦੀ ਉਗਲੀ ਕੋ ਬਿਲਕੁਲ ਠੀਕ ਹੈ ਜੀ ਉਗਲੀ ਕੋ ਦੀ ਸਿਗਨਲ ਵੇਰੋ ਸਵਾਲ ਨੰਬਰ ਆ ਗਿਆ 9 ਇਲ ਸਿਨਿਆਲੇ ਰਾਫਿਗਰਾਤੋ ਪੋ ਐਸੇਰੇ ਹੋ ਸਕਦਾ ਇੰਟੀਗ੍ਰਾਤੋ ਲੱਗੀ ਹੋਏ ਕੋਨਨ ਪਨੈਲੋ ਇੱਕ ਭੱਟੀ ਕੇ ਇੰਦੀ ਕਾ ਜਿਹੜੀ ਦੱਸ ਰਹੀ ਹੋਏ ਲਾ ਦਿਸਤਾਨਸਾ ਫਾਸਲਾ ਦਲ ਪੁਨਤੋ ਉਸ ਜਗ੍ਹਾ ਤਾ ਇਨ ਕੋਈ ਵੀਜੇ ਆਬਲੇ ਕੋ ਜਿੱਥੋਂ ਇਹ ਵਾਇਲਟ ਹੋ ਜਾਂਦਾ ਹੈ ਲਾਜ਼ਮੀ ਤੌਰ ਤੇ ਜੀ ਬਿਲਕੁਲ ਯਾਨੀ ਕਿ ਇਨੇ ਮੀਟਰਾਂ ਤੋਂ ਬਾਅਦ ਹੈ ਵਾਇਲਟ ਹੋ ਜਾਣਾ ਹੈ ਸਵਾਲ ਨੰਬਰ 10 ਇਸ ਸੰyal ਰ ਫਿਗੂਆ ਤੋਂ ਹਿੰਦੀ ਕਾ ਦਿਖਾਇਆ ਗਿਆ ਸਿਗਨਲ ਦੱਸ ਰਿਹਾ ਹੈ ਕਿ ਨਨ ਐ ਕਨਸੈਂਟੀ ਤੋਂ ਇਜਾਜ਼ਤ ਨਹੀਂ ਜ਼ਵੋਲ ਤਾਰੇ ਮੁਰਨ ਦੀ ਹੈ ਇਸ ਤਰ੍ਹਾਂ ਸੱਜੇ ਪਾਸੇ ਮੁਰਨ ਦੀ ਇਜਾਜ਼ਤ ਨਹੀਂ ਅਲਪਰੋਸੀਮੋ ਇਨਕ੍ਰੋਚੋ ਅੱਗੇ ਜਿਹੜਾ ਚੌਕ ਆ ਰਿਹਾ ਹੈ ਫਾਲਸਾ ਹੋ ਗਿਆ ਕਿਉਂਕਿ ਕੀ ਇਹ ਕਹ ਰਿਹਾ ਕਿ ਦਿਖਾਇਆ ਗਿਆ ਸਿਗਨਲ ਦੱਸ ਰਿਹਾ ਹੈ ਕਿ ਤੁਹਾਨੂੰ ਇਜਾਜ਼ਤ ਨਹੀਂ ਹੈ ਸੱਜੇ ਮੁਰਨ ਦੀ ਜਰਾ ਅੱਗੇ ਇੱਕ ਚੌਕ ਆ ਰਿਹਾ ਹੈ ਤੇ ਸਵਾਲ ਫਾਲਸ ਹੈ ਇਸ ਲਈ ਕਿਉਂਕਿ ਅਸਾਂ ਸੱਜੇ ਹੀ ਮੁਰਨਾ ਹੈ ਤੇ ਸਿਗਨਲ ਹੀ ਇਸ ਚੀਜ਼ ਦਾ ਹੈ ਸੱਜੇ ਮੁਰਨ ਦਾ ਕਿ ਭਈ ਤੁਸੀਂ ਅੱਗੋਂ ਆਬਲੀ ਗੋਵੇ ਸੱਜੇ ਮੁਰਨਾ ਸਵਾਲ ਨੰਬਰ 11 ਇਲ ਸਨੀਆਲੇ ਰਾਫੀ ਗੁਰਾ ਤੋ ਦਿਖਾਇਆ ਗਿਆ ਸਿਗਨਲ ਆਬਲੀ ਗੋ ਲਾਜ਼ਮ ਹੈ ਅਦ ਅੰਦਾਰੇ ਜਾਓ ਦ੍ਰਿਤੋ ਸਿਦਨਿਆ ਉਸਵਲਤਾਰੇ ਇਸ ਤਰ੍ਹਾਂ ਕਿ ਸਿੱਧ ਲਾਜ਼ਮੀ ਹੈ ਜਾਂ ਸਿੱਧਿਆਂ ਜਾਓ ਤੇ ਜਾਂ ਸੱਜੇ ਮੂਰੋ ਇਸ ਲਈ ਸਵਾਲ ਫਾਲਸ ਹੋਵੇ ਇਹਦੀ ਕਨਫਿਊਜ਼ਨ ਪੈਦਾ ਹੋ ਜਾਂਦੀ ਹੈ ਤੇ ਤੁਸੀਂ ਇਹ ਨਹੀਂ ਕਹਿਣਾ ਵੇਖਣਾ ਕਿ ਉਹ ਆਂਦਾ ਪਿਆ ਕਿ ਜ਼ਹਵਲ ਤਾਰੇ ਦੇਸਰਾ ਤੇ ਸਵਾਲ ਸਾਡਾ ਠੀਕ ਹੈ ਨਹੀਂ ਨਹੀਂ ਤੁਸੀਂ ਇਹ ਚੀਜ਼ ਵੇਖਣੀ ਹੈ ਕਿ ਜ਼ਹਵਲ ਤਾਰੇ ਦੇਸਰਾ ਤੇ ਕਹਿ ਰਿਹਾ ਹੈ ਕਿ ਸੱਜੇ ਮੂਰੋ ਲੇਕਿਨ ਉਸ ਤੋਂ ਪਹਿਲਾਂ ਅਧ ਅੰਧਾਰੇ ਦ੍ਰਿਤ ਤੋਂ ਵੀ ਕਹਿ ਰਿਹਾ ਹੈ ਕਿ ਸਿੱਧਿਆਂ ਜਾਓ ਜਾਂ ਸੱਜੇ ਮੂਰੋ ਇਸ ਲਈ ਫਾਲਸ ਹੋਵੇ ਅਸਾਂ ਕਿਉਂਕਿ ਸਿਰਫ ਸੁਲਤਾਨ ਤੋਵੇ ਸਿਰਫ ਅਸੀਂ ਸੱਜੇ ਮੁਰਸਾ ਕਰਨਿਆਂ ਸਵਾਲ ਨੰਬਰ 12 ਇਸ ਨਿਆਲੇ ਰਾਫੀ ਗੁਰਾ ਤੋਂ ਦਿਖਾਇਆ ਗਿਆ ਸਿਗਨਲ ਪ੍ਰੈਸ ਕਰੀਵੇ ਕਹਤਾ ਕਿ ਆਬਲੀਗੋ ਲਾਜ਼ਮੀ ਹੈ ਦੀ ਪਸਾਰੇ ਗੁਜ਼ਰੋ ਅਦ ਇਸ ਤਰ੍ਹਾਂ ਸੱਜੇ ਪਾਸਿਆਂ ਦੀ ਉਸਤਾ ਕੋ ਲੋ ਇੱਕ ਰਕਾਵਟ ਹੈ ਤੇ ਉਹਦੇ ਕੋਲੋਂ ਦੀ ਸੱਜੇ ਪਾਸਿਆਂ ਦੀ ਹੋ ਕੇ ਲੰਘੋ ਫਾਲਸ ਹੋ ਗਿਆ ਉਹੀ ਸੋ ਗੱਲ ਆ ਗਈ ਪਸਾਰੇ ਨਹੀਂ ਕਰਨਾ ਜ਼ਵਲ ਤਾਰੇ ਕਰਨਾ ਹੈ ਇਹ ਚੈਪਟਰ ਇੰਤਹਾਈ ਈਜ਼ੀ ਹੈ ਲੈ ਕੇ ਮੈਂ ਤੁਹਾਨੂੰ ਦੱਸਾਂ ਇਹ ਜਿਹੜਾ ਲਫ਼ਜ਼ ਹੈ ਨਾ ਪਸਾਰੇ ਇਹ ਵੀ ਹੁੰਦਾ ਗੁਜ਼ਰਨਾ ਸੱਜੇ ਪਾਸੇ ਦੀ ਗੁਜ਼ਰੋ ਇਹ ਹੀ ਸਿਰਫ਼ ਪਰੇਸ਼ਾਨੀ ਬਣਾਉਂਦਾ ਹੈ ਤੇ ਇਹਦਾ ਪਰੇਸ਼ਾਨੀ ਦਾ ਮੈਂ ਤੁਹਾਨੂੰ ਹਾਲ ਅਦਾਸ ਦੱਸ ਦਿੱਤਾ ਹੈ ਕਿ ਪਸਾਰੇ ਇਹ ਇੱਥੇ ਅਗਰ ਇਹ ਵਾਲੀ ਚੀਜ਼ ਹੈ ਨਾ ਤੇ ਜ਼ਵਲਤਾ ਕਰਨਾ ਹੈ ਅਸਾਂ ਪਸਾਰੇ ਨਹੀਂ ਕਰਨਾ ਕੀ ਕਰਨਾ ਹੈ ਜ਼ਵਲਤਾ ਕਰਨਾ ਹੈ ਜ਼ਵਲਤਾ ਵਾਲਾ ਠੀਕ ਹੈ ਜ਼ਵਲਤਾ ਦੇ ਇਸ ਤਰ੍ਹਾਂ ਜ਼ਵਲਤਾਰੇ ਕੇ ਮਰ ਜਾਓ ਪਸਾਰੇ ਪਤਾ ਤੁਸੀਂ ਅਗਰ ਲੰਘਦੇ ਹੋ ਪੇ ਤੁਸੀਂ ਅਗਰ ਇੱਥੇ ਖਲੋਤੇ ਹੋ ਤੇ ਬਾਅਦ ਦਫਾ ਹੁੰਦਾ ਤੁਹਾਡੇ ਬਿਲਕੁਲ ਕੋਲੋਂ ਦੀ ਬੰਦਾ ਕੋ ਲੰਘਦਾ ਤੇ ਤੁਹਾਨੂੰ ਗੁੱਸਾ ਆ ਜਾਂਦਾ ਤੁਸੀਂ ਉਹਨੂੰ ਤੱਕਾ ਮਾਰ ਮਾਰਦੇ ਤੱਕਾ ਮਾਰ ਕੇਂਦੇ ਹੋ ਪਰ ਇਹਂਦੇ ਹੋ ਕਿ ਲੰਘ ਹਾਂ ਕੀ ਖਿਆਲ ਹੈ ਤੇ ਪਸਾਰੇ ਹੋਈ ਹੈ ਕਿ ਯਾਰ ਨਾਲੋਂ ਦੀ ਹੋ ਕੇ ਲੰਘੋ ਜ਼ਵਲਤਾ ਕੀ ਹੈ ਕਿ ਮਰ ਜਾਓ ਠੀਕ ਹੈ ਇਹ ਅਗਰ ਇੱਥੇ ਕੋਈ ਵੀ ਗੱਡੀ ਖਰਾਬ ਹੋ ਗਈ ਹੈ ਗੱਡੀ ਅਗਰ ਤੁਹਾਡੀ ਰੋਡ ਦੇ ਉੱਤੇ ਖਰਾਬ ਹੋ ਗਈ ਹੈ ਤੇ ਤੁਸੀਂ ਇਹ ਲੰਘੋ ਗਏਸ ਪਾਸਿਓਂ ਦੀ ਇੱਥੇ ਕਿ ਅਜੇ ਬੋਰਡ ਲੱਗਾ ਹੋਣਾ ਹੈ ਕਿ ਪਾਸਾਰੇ ਯਾਰ ਨਾਲੋਂ ਦੀ ਓਖ ਨਾ ਲੰਘ ਜਾਓ ਸੱਜੇ ਪਾਸਿਓਂ ਦੀ ਜਾਂ ਖੱਬੇ ਪਾਸਿਓਂ ਦੀ ਤੇ ਉਹ ਵੀ ਪਾਸਾਰੇ ਤੇ ਇਸ ਵਲਤਾਰੇ ਇਸ ਵਲਤਾਰੇ ਤੁਸੀਂ ਕਰਨਾ ਹੈ ਮੁਰਨਾ ਇਸ ਲਈ ਇਹ ਸਵਾਲ ਸਾਡਾ ਫਾਲਸ ਹੋਵੇ ਪਾਸਾਰੇ ਆ ਇਸ ਤਰ੍ਹਾਂ ਸਵਾਲ ਨੰਬਰ 13 ਹਿਲਸਨੀਆਲੇਰਾਫੀ ਗੁਰਾਦ ਤੋਂ ਇੰਦੀ ਕਾ ਉਨਾ ਕੋਰਵਾ ਪੈਰੀਕ੍ਰੋਜ਼ਾ ਦੇ ਇਸ ਤਰ੍ਹਾਂ ਦੱਸ ਰਿਹਾ ਠੀਕ ਹੈ ਸਰ ਜੇਪਾਸ ਇੱਕ ਕੋਰਵਾ ਪੈਰੀਕ੍ਰੋਜ਼ਾ ਹੈ ਉਹ ਸਵਾਲ ਪਾਲ ਸੋ ਕੋਰਵਾ ਪੈਰੀਕ੍ਰੋਜ਼ਾ ਇੰਦੀ ਕਾ ਕਿਹਜੇ ਦੱਸਦਾ ਸੀ ਪੈਰੀਕ੍ਰੋਜ਼ਾ ਦੇ ਸਿਗਨਲ ਦੇ ਵਿੱਚ ਤੋਂ ਦਾ ਐ ਸਾਈਨ ਠੀਕ ਹੈ ਕਿ ਕੋਰਵਾ ਪੈਰੀਕ੍ਰੋਜ਼ਾ ਦੇ ਇਸ ਤਰ੍ਹਾਂ ਸਵਾਲ ਹਿਲਸਨੀਆਲੇਰਾਫੀ ਗੁਰਾਦੋਂ ਪ੍ਰੈਸਿੰਗ ਲਿਆ ਉਨਾ ਕਨਫਲੂਐਂਸਾ ਦੇ ਇਸ ਤਰ੍ਹਾਂ ਸਾਨੂੰ ਦੱਸ ਰਿਹਾ ਹੈ ਜਾਂ ਅਗਾਹ ਪੇ ਕਰਦਾ ਹੈ ਇਹ ਵੀ ਉਹੀ ਚੀਜ਼ ਹੈ ਪਰ ਨੁੰਚਾ ਪ੍ਰੈਸਨ ਲਿਆ ਪਰ ਨੁੰਚਾ ਪ੍ਰੈਸਕਰੀਵੇ ਸਮਝੋ ਕਿ ਉਹੀ ਚੀਜ਼ ਨੇ ਦੱਸ ਰਿਹਾ ਗਾਹ ਪੇ ਕਰਦਾ ਕਿ ਕਨਫਲੂਐਂਸ ਆ ਇਸ ਤਰ੍ਹਾਂ ਕਿ ਸੱਜੇ ਪਾਸਿਓਂ 1 ਕਰੋੜ ਪਿਆ ਮਿਲਦਾ ਕਨਫਲੂਐਂਸ ਅਫਰਜ਼ ਕਰੋ ਕਿ ਆ ਤੁਸੀਂ ਜਾਣਦੇ ਹੋ ਨਾ ਪੇ ਤੇ ਕੀ ਹੈ ਕਿ ਜੀ ਇਧਰੋਂ ਵੀ 1 ਕਰੋੜ ਆ ਕੇ ਮਿਲਦਾ ਪਿਆ ਹੂੰ ਤੋ ਆਂਦਾ ਪਿਆ ਇਸ ਸਿਗਨਲ ਦਾ ਮਤਲਬ ਹੈ ਕਨਫਲੂਐਂਸ ਆ ਇਸ ਤਰ੍ਹਾਂ ਸੱਜੇ ਪਾਸੇ ਇੱਕ ਦਾਖਲੇ ਰਾਸਤਾ ਨਹੀਂ ਇਹੋ ਚੀਜ਼ ਨਹੀਂ ਹੈ 15 ਇਲਸ ਨਿਆਲੇ ਰਾਫੀ ਕਰਾ ਤੋ ਆਬਲੀਗਾ ਲਾਜ਼ਮ ਹੈ ਲੀਆਉ ਤੋ ਕਾਰੀ ਟਰੱਕ ਇਦ ਇਵੇਹੀ ਕੋਲੀ ਲੈਂਤੀ ਜਿਹੜੀਆਂ ਆਸਤਾ ਗੱਡੀਆਂ ਚੱਲਣ ਨਾਲ ਯਾਨੇ ਅਦ ਇਨ ਕੋਲੋਨਾਰ ਸਿਸ ਉਲਾ ਕੁਰਸੀ ਆ ਦੀ ਇਸ ਤਰ੍ਹਾਂ ਉਹਨਾਂ ਲਾਈਨ ਲਾਈ ਹੈ ਸੱਜੇ ਕੁਰਸੀ ਤੇ ਫਾਲਸੋ ਇਸ ਨੇ ਵਾਲੇ ਲਿਫਰਾ ਤੋਂ ਸੁਣਿਆਲੇ ਦੇ ਦੀਵੇ ਤੋ ਫਾਲਸ ਵੇਖੋ ਇਹ ਸਾਰੇ ਨਾ ਟਾਪਕ ਤੋਂ ਹਟ ਕੇ ਸਵਾਲ ਨੇ ਠੀਕ ਤੇ ਇਹਨਾਂ ਨੂੰ ਤੁਸੀਂ ਅਗਰ ਤੁਹਾਨੂੰ ਫਰਜ਼ ਕਰੋ ਸਮਝ ਨਾ ਆਏ ਤੁਸੀਂ ਵੇਖੋ ਯਾਰ ਇਹ ਸਾਨੂੰ ਕਹਿ ਰਿਹਾ ਕਿ ਓਬਲੀਗੋਵੇ ਸੱਜੇ ਮੋਰੋ ਇਹ ਉਹਨ ਕਹਿ ਰਿਹਾ ਪੈਰੀ ক্লোਜ਼ ਦੱਸ ਤੇ ਇਸ طرف ਟਾਪਕ ਤੋਂ ਹਟ ਕੇ ਕਨਫਲੂਐਂਸ ਆ ਦੇ ਇਸ ਤਰ੍ਹਾਂ ਟਾਪਕ ਤੋਂ ਹਟ ਕੇ ਠੀਕ ਹੈ ਇਹ ਟਾਪਕ ਤੋਂ ਹਟ ਕੇ ਨਹੀਂ ਇਹ 12 ਨੰਬਰ ਸਵਾਲ ਕਨਫਿਊਜ਼ਨ ਵਾਲਾ ਆਪਾਂ ਸਾਰੇ ਆ ਦੇ ਇਸ ਤਰ੍ਹਾਂ ਠੀਕ ਹੈ ਇਹ ਮੈਂ ਤੁਹਾਡੀ ਕਨਫਿਊਜ਼ਨ ਪਾਸਾਰੇ ਤੋਂ ਮੁਕਾ ਦਿੱਤੀ ਹੈ ਇਹ ਟਾਪਿਕ ਤੋਂ ਹਟ ਕੇ ਟਾਪਿਕ ਤੋਂ ਹਟ ਕੇ ਵੇ ਇਨ ਕੋਲਨਾਰਸੀ ਅੱਧ 16 ਕੁਰਸੀਆਂ ਦੀ ਦੇਸਤਰਾ ਕੁਰਸੀਆਂ ਦੀ ਦੇਸਤਰਾ ਦਾ ਕੋਈ ਨਹੀਂ ਟਾਪਿਕ ਤੋਂ ਹਟ ਕੇ ਦੀ ਵੀ ਇਹ ਤਾਂ ਤੁਹਾਨੂੰ ਪਤਾ ਇੰਦੀ ਕਸਿ ਹੋਣਾਂ ਦਾ ਵੀ ਪਤਾ ਪ੍ਰਿਵੀਜ਼ੋ ਦੀ ਪੈਰੀ ਕੋਲੋਕ ਖਤਰੇ ਤੋਂ ਵਗ੍ਹਾ ਬਕਰਦਾ ਵੀ ਟਾਪਿਕ ਤੋਂ ਹਟ ਕੇ ਕੁਰਸੀਆਂ ਦੀ ਦੇਚੇ ਲਰਾਸੀ ਹੋਣੇ ਮੇ ਟਾਪਿਕ ਤੋਂ ਹਟ ਕੇ ਸਾਰੇ ਫਾਲਸੋ ਨੇ 192 ਨੰਬਰ ਪੇਜ ਆ ਗਿਆ ਸਾਡਾ ਉਹੀ ਟਾਪਿਕ ਦਾ ਦੂਸਰਾ ਪੇਜ ਹੈ ਸਿਨਿਆਲੇ ਪ੍ਰੀਵੀਜ਼ ਹੋਗਾ ਪਕਰ ਦੇ ਦ੍ਰਿਸ਼ ਨੂੰ ਅਬਲੀਗਾਤੋਰੀ ਹੋ ਦੇ ਇਸ ਤਰ੍ਹਾਂ ਸਵਾਲ ਨੰਬਰ 1 ਇਸ ਸਿਨਿਆਲੇ ਦਾ ਫਿਗਰਾ ਤੋਂ ਦਿਖਾਇਆ ਗਿਆ ਸਿਗਨਲ ਪ੍ਰੇਛੇ ਦੇ ਇਸ ਸਿਨਿਆਲੇ ਦੀ ਦ੍ਰਿਸ਼ ਨੂੰ ਅਬਲੀਗਾਤੋਰੀ ਹੈ ਇਸ ਤਰ੍ਹਾਂ ਕਿ ਇੱਕ ਇਹ ਸਿਗਨਲ ਡਾਇਰੈਕਸ਼ਨ ਵਾਲਾ ਲਾਜ਼ਮੀ ਸਿਗਨਲ ਹੈ ਸੱਜੇ ਪਾਸੇ ਜਾਣਾ ਵੇਰੋ 2 ইলস নিয়ালে রাফি গ্রাত পের নুনচা কে নোন নে কনসেন্টিত প্রেস এ গোর এ দরি তো সিদিয়া জান দি इजाजत নেই ভেরো তিন ইলস নিয়ালে রাফি গ্রাত পের নুনচা কে নোন নে কনসেন্টিত تزওল তারিয়া সিনিস্টরা ঠিক হে ভাই খববে মুরন দি इजाजत নেই ভেরো ইলস নিয়ালে রাফি গ্রাত পোস্ট সুপ্রিমা দে ইউনিন ক্রোচো এক চক তো পহলা লাগিয়া হুnda ভেরো পিছে পরকে আয়ে হ্যাঁ সারা এউন সিনিয়ালে দি অবলিগো ঠিক হে সাত পের নুনচাউন সানসা উনি কো ফালসোเว ਫੇਰ ਉਹ ਹੀ ਗੱਲ ਆ ਗਈ ਟਾਪਿਕ ਤੋਂ ਹਟ ਕੇ ਵੇ ਕਿ ਸੈਨਸਾ ਉਹ ਨਹੀਂ ਕੋਵੇ ਨਹੀਂ ਯਾਰ ਸੈਨਸਾ ਉਹ ਨਹੀਂ ਕੋ ਨਹੀਂ ਕੀ ਇਹ ਵਾਲੇ ਇਹ ਤਸਵੀਰ ਦੇ ਹੁਣ ਤੁਹਾਨੂੰ ਛੱਡੋ ਹਾਂ ਸਾਰੇ ਸਵਾਲ ਸਿਰਫ ਇਹ ਤਸਵੀਰ ਵੇਖੋ ਤੇ ਤੁਹਾਨੂੰ ਜ਼ਬਾਨੀ ਪਤਾ ਹੋਣਾ ਚਾਹੀਦਾ ਹੈ ਕਿ ਕਿਸ ਚੀਜ਼ ਦਾ ਸਿਗਨਲ ਹੈ ਦਿਰੇ ਸਿਓ ਨੇ ਓਬਲੀਗਾ ਤੋਰੀਆ ਅਦੇਸਤਰਾ ਓਬਲੀਗਾ ਤੋਰੀਆ ਅਦੇਸਤਰਾ ਕੇ ਲਾਜ਼ਮੀ ਤੁਸੀਂ ਸੱਜੇ ਮੁਰਨਾ ਉਹਨਾਂ ਕਹਿ ਰਿਹਾ ਸੈਨਸਾ ਉਹ ਨਹੀਂ ਕੋਵੇ ਟਾਪਿਕ ਤੋਂ ਹਟ ਕੇ ਵੇ सवाल नंबर सत्त इल सिले राफी ग्राह तो ओबली का अज तारे सुबी तो देस तरा हाँ यह वेखो ना ए कन्फ्यूजन वाला सवाल आ गया सवाल नंबर आ गया कन्फ्यूजन वाला सवाल आ गया इन नोट कर लवो नोट कर लो चैप्टर नंबर चार पेज नंबर एक सौ बानवे और क्वेश्चन नंबर सत्त ਇਹ ਵੀ ਤੁਹਾਨੂੰ ਪਰੇਸ਼ਾਨੀ ਬਣਾਏਗਾ ਕਿਦਰੇ ਤੁਸੀਂ ਇਹਨੂੰ ਠੀਕ ਨਾ ਕਰਦੇ ਆ ਜੇ ਸਵਾਲ ਕਿਉਂਕਿ ਹਲਕਾ ਜਾਂ ਥੋੜਾ ਜਾਇਦਾ ਚ ਫਰਕ ਹੈ ਕੀ ਪੈਂਦਾ ਇਲ ਸਨੀਆ ਲਾਫੀ ਗਰਵਾ ਤੋ ਦਿਖਾਇਆ ਗਿਆ ਸਿਗਨਲ ਓਬਲੀਗਾ ਲਾਜ਼ਮ ਪਿਆ ਕਰਦਾ ਅਜ਼ਵਲ ਤਾਰੇ ਮੁਰਜੋ ਸੂਬੀ ਤੋ ਫੋਰਨ ਅਦਿਸਤਰਾ ਸੱਜੇ ਪਾਸੇ ਯਾਨੀ ਕਿ ਇਹ ਅਗਰ ਤੁਹਾਨੂੰ ਸਿਗਨਲ ਮਿਲ ਗਿਆ ਨਾ ਇਹ ਵਾਲਾ ਤੇ ਇਹ ਤੁਹਾਡੀ ਗੱਡੀ ਹੈ ਤੇ ਤੁਸੀਂ ਫੌਰਨ ਮੁਰ ਜਾਓ। ਯਾ ਇੱਥੇ ਇੰਜ ਫੌਰਨ ਕਹਿ ਰਿਹਾ ਕਿ ਉਸੇ ਟਾਈਮ ਸੂਬੀ ਤੋਂ ਇਸ ਤਰ੍ਹਾਂ ਹੋਇਓ ਤੇ ਫਾਲਸ ਹੋਵੇ। ਫਾਲਸੋ ਕਿਉਂ ਹੈ ਕਿ ਇਹ ਜਿਹੜਾ ਸਾਈਨ ਹੈ ਇਹਦਾ ਮਤਲਬ ਹੈ ਵੇ ਇੱਕ ਤੇ ਸੀ ਬਿਲਕੁਲ ਹੈ। ਚਲੋ خیر ਇਹਦਾ ਮਤਲਬ ਹੈ ਵੇ ਕਿ ਅੱਗੇ ਇੱਕ ਚੌਕ ਆ ਰਿਹਾ। ਥੋੜੀ ਅੱਗੇ ਜਾਓਗੇ ਤੇ ਇੱਕ ਚੌਕ ਆਏਗਾ ਤੇ ਉੱਥੋਂ ਤੁਸੀਂ ਸੱਜੇ ਮੁਰਨਾ ਨਾ ਕਿ ਤੁਸੀਂ ਫੌਰਨ ਹੀ ਫੌਰਨ ਮੁਰ ਜਾਓ ਸੱਜੇ ਪਾਸੇ। ਇਸ ਸੂਭੀ ਤੋਂ ਤੋ ਆ ਕੇ ਇਸ ਸਵਾਲ ਸਾਡਾ ਫਾਲਸ ਹੋਵੇ ਇਹਨੂੰ ਜ਼ੇਨ ਚ ਰੱਖ ਲੋ ਸਵਾਲ ਨੰਬਰ 8 ਇਲ ਸਨਿਆਲੇਰਾ ਫਿਗਰਾਤ ਨਾਨ ਕੌਨਸੈਂਟਲ ਅਜ਼ਵਲ ਤਾਂ ਇਸ ਤਰ੍ਹਾਂ ਸੱਜੇ ਮੋਰਨ ਦੀ ਇਜਾਜ਼ਤ ਨਹੀਂ ਦਿੰਦਾ ਫਾਲਸੋ ਸਵਾਲ ਨੰਬਰ 9 ਇਲ ਸਨਿਆਲੇਰਾ ਫਿਗਰਾਤ ਹਿੰਦੀ ਕਾ ਦੱਸ ਰਿਹਾ ਕਿ ਇਹ ਆਬਲੀਗਾਟੋਰੀ ਹੋ ਲਾਜ਼ਮੀ ਹੈ ਪਰ ਸਾਰੇ ਅਦ ਇਸ ਤਰ੍ਹਾਂ ਸੱਜੇ ਪਾਸੇ ਦੀ ਲੰਗੋ ਦੇ ਲੋਸਤਾ ਕੋਲ ਰੁਕਾਵਟ ਤੋਂ ਫਾਲਸੋ 10 ਇਲਸਨੀਅਲ ਰਾ ਫਿਗਰ ਆਤ ਤੇਰੇ ਨੌਨਚਾ ਗਾਪੇ ਕਰਦਾ ਲਾ ਆਬਲੀਗੋ ਲਾਜ਼ਮ ਹੈ ਡਿਸਵੋਲ ਤਾਰਿਆ ਸਨਿਸਟਰਾ ਕਿ ਸੱਜੇ ਪਾਸ ਖੱਬੇ ਪਾਸਿਓਂ ਦੀ ਨੂੰ ਮੁਰਜੋਵੇ ਲਾਜ਼ਮੀ ਹੈ ਫਾਲਸੋ ਹੋ ਗਿਆ ਭਾਈ ਇਹ ਇਸ ਤਰ੍ਹਾਂ ਦਾ 193 ਨੰਬਰ ਪੇਜ ਆ ਗਿਆ ਸਾਡਾ ਸਿਨਿਆਲ ਸਿਗਨਲ ਦੀ ਪ੍ਰੀਵਿਜ਼ ਹੋ ਗਾਪੇ ਕਰਦਾ ਦੀ ਦੇਵੀ ਅਸੀਓਨ ਹੈ ਮਤਬਦਲ ਰਾਸ ਲਾਬਲੀਗਾ ਤੋਰੀਆ ਜਿਹੜਾ ਲਾਜ਼ਮੀ ਹੈ ਫਿਰ ਆਉਤੋ ਕਾਰੀ ਟਰੱਕਾਂ ਦਾ ਇੰਟਰਾਂਜ਼ੀਟੋਂ ਗੁਜ਼ਰਨ ਆਸਤੇ ਦੇਵੀਅਸੀਓ ਨੇ ਮਤਬਦਲ ਦਾ ਰਸਤਾ ਹੁੰਦਾ ਫਰਜ਼ ਕਰੋ ਅਗਰ ਕਿਸੇ ਰੋਡ ਤੇ ਕੰਤੀਏ ਵੀ ਹੋ ਰਿਹਾ ਨਾ ਕੰਮ ਵੀ ਹੋ ਰਿਹਾ ਹੈ ਤੋ ਉਥੇ ਕੀ ਕਰਦੇ ਨੇ ਅਗਰ ਐਂਜ ਰੋਡ ਸਿੱਧਾ ਜਾ ਰਿਹਾ ਨਾ ਤੇ ਅੱਗੇ ਕੰਮ ਹੋ ਰਿਹਾ ਤੇ ਉਹਨਾਂ ਤੁਹਾਨੂੰ ਸੱਜੇ ਮੋੜ ਦਿੱਤਾ ਤੇ ਇੱਥੇ ਉਹ ਲਾ ਦਿੰਦੇ ਨੇ ਦੇਵੀਅਸੀਓ ਨੇ ਐਂਜ ਇੱਥੇ ਨਾ ਇੱਕ ਫੱਟੀ ਲਾ ਹਰਦੇ ਨੇ ਦੇਵੀਅਸੀਓ ਨੇ ਕਿ ਭਾਈ ਨਾਲ ਇਸ਼ਾਰਾ ਕਿ ਸੱਜੇ ਮੁਰਜੋ ਸਿੱਧਿਆਂ ਤੁਸੀਂ ਨਹੀਂ ਜਾ ਸਕਦੇ ਕੰਮ ਹੋ ਰਿਹਾ ਤੇ ਇਸੇ ਤਰ੍ਹਾਂ ਹੀ ਹੈ ਕਿ ਇਹ ਹੁਣ ਮਤਵਾਦਰ ਰਸਤਾ ਟਰੱਕਾਂ ਵਾਲਿਆਂ ਨੂੰ ਦਿੱਤਾ ਹੈ ਕਿ ਭਾਈ ਅਗਰ ਰੋਡ ਹੈ ਨਾ ਤੁਸੀਂ ਜਾ ਰਹੇ ਹੋ ਇਹ ਟਰੱਕ ਆਪ ਤੋਂ ਕਾਰ ਹੀ ਜਾ ਰਹੇ ਨੇ ਤੇ ਇੱਥੇ ਉਹਨਾਂ ਨੇ ਫੱਟੀ ਲਾ ਦਿੱਤੀ ਹੈ ਇਹ ਵਾਲੀ ਥੱਲੇ ਟਰੱਕ ਦੀ ਨੀਲੇ ਰੰਗ ਦੇ ਵਿੱਚ ਸਾਰੀ ਚਲਿਆ ਹੁਣ ਤੇ ਸੁਰਖ ਲਾਇਨੇ ਤੇ ਟਰੱਕ ਡਰਾਈਵਰ ਨੂੰ ਪਤਾ ਲੱਗ ਜਾਂਦਾ ਕਿ ਅਗਰ ਅੱਗੇ ਚੋਕ ਆ ਰਿਹਾ ਹੈ ਤੇ ਅਗਰ ਅੱਗੇ ਚੌਕ ਤੇ ਮੈਂ ਕੀ ਕਰਨਾ ਚੌਕ ਚ ਮੈਂ لازਮੀ ਸੱਜੇ ਜਾਣਾ ਮੈਂ ਸਿੱਧਿਆਂ ਨਹੀਂ ਜਾ ਸਕਦਾ ਠੀਕ ਹੋ ਗਿਆ ਇਹ ਇਹ ਚੀਜ਼ ਇਹ ਟਰੱਕਾਂ ਨੂੰ ਹੁਣ ਲਾਜ਼ਮੀ ਕਹਿ ਰਿਹਾ ਆਬਲੀਗੋਵੇ ਕਿ ਤੁਸੀਂ ਸੱਜੇ ਹੀ ਜਾਣਾ ਹੈ ਉਹ ਤੋਕਾਰੀ ਸਵਾਲ ਨੰਬਰ 1 ਇਲ ਸੁਨਿਆਲੇ ਰਾਫੀ ਗ੍ਰਾਥ ਪਰ ਨੋਂਚਾਉਨਾ ਜ਼ਬੋਲਤਾ ਅਗਾ ਪੇ ਕਰਦਾ ਕਿ ਮੁਰਨਾ ਹੈ ਆਬਲੀਗਾ ਤੋਰੀ ਤੇ ਲਾਜ਼ਮੀ ਤੌਰ ਤੇ ਇਸ ਤਰ੍ਹਾਂ ਸੱਜੇ ਪਾਸੇ ਪੇੜ ਲਈ ਆਉ ਤੋਕਾਰੀ ਟਰੱਕਾਂ ਦੇ ਮਾਸਾ ਜਿਨ੍ਹਾਂ ਦਾ ਵਜ਼ਨ ਸੁਪਰੀਅਰ 35 ਟਨ ਤੋਂ ਚਿੰਕਵਤੋਂ ਨਾ ਲਾਤੀ ਯਾਨੀ ਕਿ ਜਿੰਨਾ ਟਰੱਕਾਂ ਦਾ ਵਜ਼ਨ ਸਾਢੇ 3 ਟਨ ਤੋਂ ਜ਼ਿਆਦਾ ਹੈ ਉਹਨਾਂ ਲਾਜ਼ਮੀ ਤੌਰ ਤੇ ਸੱਜੇ ਮੁਰਨਾ ਇਹ ਚੀਜ਼ ਹੁਣ ਤੁਸੀਂ ਵੇਖਣੀ ਇਹ ਟਰੱਕ ਦੀ ਹੈ ਨਾ ਇਹ ਹੁਣ ਵੇਖੋ ਤਸਵੀਰ ਵੇਖ ਕੇ ਤੁਹਾਨੂੰ ਇਸ ਹੈਡਿੰਗ ਦਾ ਪਤਾ ਹੋਣਾ ਚਾਹੀਦਾ ਯਾਰ ਹੈ ਇਸ ਤਸਵੀਰ ਦਾ ਮਤਲਬ ਕੀ ਹੈ ਫਿਰ ਸਾਰੇ ਸਵਾਲ ਇਜ਼ੀ ਨੇ ਮਤਲਬ ਕੀ ਇਹ ਓਬਲੀਗਟ ਹੋ ਰਹੀ ਹੈ ਲਾਜ਼ਮੀ ਹੈ ਪਰ ਆਉਤੋ ਕਾਰੀ ਸਿਰਫ ਟਰੱਕਾਂ ਵਾਸਤੇ ਇਹ ਵੇਖੋ ਟਰੱਕ ਦੀ ਤਸਵੀਰ ਤੇ ਟਰੱਕ ਵੀ ਉਹ ਜਿਹੜੇ ਸੁਪਰੀਓਰ ਨੇ 3.5 ਟਨ ਲਾਤੀ ਜਿਹੜੇ ਸਾਢੇ 3 ਟਨ ਤੋਂ ਥੱਲੇ ਨੇ ਉਹਨਾਂ ਵਾਸਤੇ ਲਾਗੂ ਨਹੀਂ ਜਿਹੜੇ ਫਰਗੋਨ ਚਲਾ ਰਹੇ ਨੇ ਸਾਢੇ 3 ਟਨ ਤੋਂ ਥੱਲੇ ਜਿੰਨਾ ਪਤੰਤੇ ਚੀ ਕੀਤਾ ਹੈ ਕਿਉਂਕਿ ਤੁਹਾਡਾ ਤਪਤੰਤੇ 20 ਹੈ ਔਰ ਪਤੰਤੇ 20 ਸਾਢੇ 3 ਟਨ ਦੀ ਕੈਟਾਗਰੀ ਤੱਕ ਗੱਡੀ ਚਲਾ ਸਕਦੇ ਹੋ ਇਹ ਪੇਜ ਉਹਨਾਂ ਵਾਸਤੇ ਨਹੀਂ ਹੈ ਜਿਨ੍ਹਾਂ ਗੁਪਤੰਤੇ ਚੀ ਕੀਤਾ ਉਹ ਸਾਢੇ 3 ਟਨ ਤੋਂ ਵੱਧਨੇ ਗੱਡੀ ਚਲਾ ਰਹੇ ਹੁੰਦੇ ਨੇ ਤੇ ਉਹਨਾਂ ਲਈ ਹੈ ਤੁਹਾਨੂੰ ਖੈਰ ਇਹਦਾ ਪਤਾ ਹੋਣਾ ਚਾਹੀਦਾ ਸਵਾਲ ਨੰਬਰ 2 ਇਸਨੇ ਵਾਲੇ ਰਾਫੀ ਗਰਾ ਤੋਂ ਦਿਖਾਇਆ ਗਿਆ ਸਿਗਨਲ ਵੇ ਤਾਂ ਮਨਾ ਪੇ ਕਰਦਾ ਵਾਲੀ ਉਤੋਕਾਰੀ ਟਰੱਕਾਂ ਨੂੰ ਦੀ ਮਾਸਾ ਜਿਹਦਾ ਵਜ਼ਨ ਸੁਪਰੀਓਰੇ ਜ਼ਿਆਦਾ ਹੈ 3.5 ਟਨ ਲਾਤੀ ਸਾਢੇ 3 ਟਨ ਤੋਂ ਦੀ ਪ੍ਰੋਸੀਗੂਰੇ ਦਿੱਤੋ ਸਿੱਧਿਆਂ ਜਾਣ ਤੋਂ ਜੀ ਬਿਲਕੁਲ ਠੀਕ ਹੈ ਦਿਖਾਇਆ ਗਿਆ ਸਿਗਨਲ ਟਰੱਕ ਨੂੰ ਟਰੱਕਾਂ ਨੂੰ ਮਨਾ ਪਿਆ ਕਰਦਾ ਜਿਨ੍ਹਾਂ ਦਾ ਵਜ਼ਨ ਸਾਢੇ 3 ਟਨ ਤੋਂ ਜ਼ਿਆਦਾ ਹੈ ਕਿਉਂ ਸਿੱਧਿਆਂ ਨਹੀਂ ਜਾ ਸਕਦੇ ਤਿੰਨ ਜਿੱਦ ਸਿਨਿਆਲ ਰਾਫੀ ਗਰਾ ਤੋਂ ਦਿਖਾਇਆ ਗਿਆ ਸਿਗਨਲ ਅਗਾ ਪੇ ਕਰਦਾ ਲਾਓ ਕਿ ਉਹ ਲਾਜ਼ਮ ਹੈ ਦੀ ਜਬਲ ਤਾਰਿਆ ਇਸ ਤਰ੍ਹਾਂ ਸੱਜੇ ਮੁਰਨਾ ਲਾਜ਼ਮ ਹੈ ਪਰ ਇਹ ਵਹੀ ਕੋਲੀ ਗੱਡੀਆਂ ਰੈਪ੍ਰেজেন্ট ਕਰਤੀਆਂ ਜਿਹੜੀਆਂ ਵਹਾਈਆਂ ਗਈਆਂ ਨੇ ਨਿਲਸ ਨਹੀਂ ਆਲੇ ਸੇਸੂ ਐਸ ਸਿਗਨਲ ਦੇ ਵਿੱਚ ਜਿਹੜੀਆਂ ਗੱਡੀਆਂ ਵਹਾਈਆਂ ਗਈਆਂ ਨੇ ਉਹ ਅਗਾ ਪੇ ਕਰਦਾ ਕਿ ਲਾਜ਼ਮੀ ਤੌਰ ਤੇ ਸੱਜੇ ਮੁਰਨ ਚਾਰ ਇਲ ਸਨਿਆਲ ਰਾਸੀ ਤੋਂ ਦਿਖਾਇਆ ਗਿਆ ਸਿਗਨਲ ਪ੍ਰੇ ਨੁੰਨਚਾ ਅਗਾਹ ਪਿਆ ਕਰਦਾ ਉਹਨਾਂ ਦੀ ਵੀਏ ਤੋਂ ਦੀ ਜ਼ਵੋਲਤਾ ਅਸਨਿਸਟਾ ਮਨੇ ਦੀ ਵੀਏ ਤੋਂ ਮਨੇ ਇਸਵੋਲਤਾ ਮੁਰ ਜਾਣਾ ਅਸਨਿਸਟਰਾ ਖੱਬੇ ਪਾਸੇ ਦਿਖਾਇਆ ਗਿਆ ਸਿਗਨਲ ਅਗਾਹ ਪਿਆ ਕਰਦਾ ਖੱਬੇ ਮੁਰਨਾ ਮਨੇ ਬੇਰੀ ਆਟੋ ਕਾਰੀ ਜਿਹੜੇ ਟਰੱਕ ਨੇ ਦੀ ਮਾਸਾ ਜਿੰਨਾ ਦਾ ਵਜ਼ਨ ਸੁਪਰੀਓਰ 3.5 ਟਨੇ ਲਾਤੇ ਸਾਡੇ 3 ਟਨ ਤੋਂ ਜ਼ਿਆਦਾ ਵੇਰੋ ਠੀਕ ਹੈ ਇਹਨਾਂ ਹੁਣ ਸਵਾਲਾਂ ਦੇ ਵਿੱਚ ਤੁਸੀਂ ਇਹ ਵੀ ਇਹ ਤਸਵੀਰ ਆ ਗਈ ਹੈ ਨਾ ਤੇ ਤੁਸੀਂ ਮੇਰੇ ਆਪਣਾ ਬਬਰ ਸ਼ੇਰੋ ਇਹ ਵੀ ਚੀਜ਼ ਵੇਖਣੀ ਹੈ ਕਿ ਸੁਪਰੀਓਰ 3.5 ਟਨੇ ਲਾਤੀ ਹੋਈ ਤੇ ਫਿਰ ਇਹ ਵਾਇਲਡ ਹੋ ਰਿਹਾ ਪੁਆਇੰਟ ਅਗਰ ਮੇਨ ਹੋਈਏ ਜਾਂ ਸਾਢੇ ਤਿੰਨ ਟਨ ਤੱਕ ਹੋਈਏ ਤਾਂ ਫੇਰ ਨਹੀਂ ਸਵਾਲ ਨੰਬਰ 5 ਇਲ ਸਨਿਆ ਲੈ ਰਾਫੀ ਗਰਾਤ ਉਪਰ ਨੁੰਚਾ ਅਗਾ ਪਿਆ ਕਰਦਾ ਉਹਨਾਂ ਜ਼ਵੋਲਤਾ ਮੁਰਨਾ ਜੇ ਓਬਲੀਗਾਤੋਰੀਆ ਲਾਜ਼ਮੀ ਪਰ ਇਵੇਈ ਕੋਲੀ ਉਹ ਵਾਲੀਆਂ ਗੱਡੀਆਂ ਰਾ ਪ੍ਰੈਜ਼ੈਂਟਾਤੀ ਜਿਹੜੀਆਂ ਵਹਾਈਆਂ ਗਈਆਂ ਨੇ ਨਿਲ ਸਨਿਆ ਲੈ ਸਟੇਸੋ ਐ ਸਿਗਨਲ ਚ ਠੀਕ ਮੈਂ ਜੱਗੇ ਕਰ ਲਿਆ ਸੀ ਸਵਾਲ ਨੰਬਰ ਇਹ ਜਿਨਹਾਲੇ ਰਫਿਗਰਾ ਤੋਂ ਦਿਖਾਇਆ ਗਿਆ ਸਿਗਨਲ ਪ੍ਰਨੁਨਚਾ ਅਗਾਹ ਪਿਆ ਕਰਦਾ ਹੈ ਕਿ ਲਈ ਆਵਤੋਕਾਰੀ ਕਿ ਜਿਹੜੀਆਂ ਟਰੱਕ ਨੇ ਔਲਤਰ 3.5 ਟਨ ਲਾਤੀ ਸਾਢੇ 3 ਟਨ ਤੋਂ ਜ਼ਿਆਦਾ ਦੇ ਉਹਨਾਂ ਜ਼ਰੂਰੀ ਇਸ ਔਲਤਾਰੇ ਮੁਰਨੇ ਲੱਦ ਰਿਸੀ ਹੋਣੇ ਉਸ ਡਾਇਰੈਕਸ਼ਨ ਵਿੱਚ ਦੇਲਾ ਫਰੇਚਾ ਤੀਰ ਦੀ ਸਾਢੇ 3 ਟਨ ਤੋਂ ਜਿਹੜੀਆਂ ਜ਼ਿਆਦਾ ਗੱਡੀਆਂ ਨੇ ਉਹਨਾਂ ਵਾਸਤੇ ਲਾਜ਼ਮੀ ਹੈ ਕਿ ਤੀਰ ਦੀ ਡਾਇਰੈਕਸ਼ਨ ਦੇ ਮੁਤਾਬਕ ਮੋੜ ਜਾਣ ਵੇਰ ਹੋ ਗਿਆ ਦੇਵ ਹੋ ਨਾ ਜ਼ਰੂਰੀ ਏ ਜ਼ਵਲ ਤਾਰੇ ਮੁਰ ਜਾਣ ਨੇਲਾ ਦੀਰੇ ਸਿਓ ਨੇ ਇਸ ਡਾਇਰੈਕਸ਼ਨ ਚ ਇਹ ਵਾਲੀ ਜਿਹੜੀ ਏ ਦੇਲਾ ਫਰੇਚਾ ਜਿਹੜੀ ਤੀਰ ਦੀ ਦਸੀ ਗਈ ਏ ਜੀ ਬਿਲਕੁਲ ਠੀਕ ਏ ਸਵਾਲ ਨੰਬਰ 7 ਸਿਗਨਲ ਪ੍ਰੇਨੋਂਚਾ ਅਗਾਪਿਆ ਕਰਦਾ ਦਿਖਾਇਆ ਗਿਆ ਸਿਗਨਲ ਦੱਸ ਰਿਹਾ ਹੈ ਕਿ ਇੱਕ ਜਗ੍ਹਾ ਜਿੱਥੇ ਟਰੱਕ ਵਗੈਰਾ ਪੈਟਰੋਲ ਵਗੈਰਾ ਡਿਲਵਾ ਸਕਦੇ ਨੇ ਪੋਸਟ ਦੀ ਰਿਫੇਰੀ ਮਿਹਨਤ ਹੋਵੇ ਫਾਲਸੋ ਤੇਦਾ ਵੀ ਆਸਾਨ ਤਰੀਕਾ ਕਰ ਕੇ ਬਈ ਟਾਪਿਕ ਤੋਂ ਹਟ ਕੇ ਚੀਜ਼ ਹੋ ਗਈ ਹੈ ਪੋਸਟ ਦੀ ਰਿਫੇਰੀ ਮਿਹਨਤ ਸਵਾਲ ਨੰਬਰ 8 ਇਲ ਸੁਨਿਆਲੇ ਲਾ ਫਿਗਰ ਹਾ ਤੋ ਪਰ ਅਨੁਨਚਾ ਅਗਾ ਪਿਆ ਕਰਦਾ ਕੇ ਪੇੜ ਲਈ ਆਉ ਤੋ ਕਾਰਜ ਜਿਹੜੇ ਟਰੱਕ ਨੇ ਇਹ ਕੌਨਸੀ ਲਿਆ ਤੋ ਜ਼ਵਲ ਤਾਰਿਆ ਇਸ ਤਰ੍ਹਾਂ ਕਿ ਉਹਨਾਂ ਨੂੰ مشਵਰਾ ਦਿੱਤਾ ਜਾ ਰਿਹਾ ਕਿ ਤੁਸੀਂ ਖ ਸੱਜੇ ਮੁਰਫ ਆਲਸੋ ਕਿਉਂਕਿ ਕੌਨਸੀ ਲਿਆਤ ਤੋਂ ਨਹੀਂ ਕਹਿ ਰਿਹਾ ਸਾਨੂੰ ਸਾਨੂੰ ਇਹ ਆਬਲੀਗਟੋਰੀਓ ਕਹਿ ਰਿਹਾ ਸਵਾਲ ਨੰਬਰ 9 ਇਲਸਨੀ ਵਾਲਾ ਫਿਗੂਰਾ ਤੋਂ ਦਿਖਾਇਆ ਗਿਆ ਸਿਗਨਲ ਪ੍ਰੇ ਨੋਨਚਾ ਗਾਪਿਆ ਕਰਦਾ ਇਲ ਦੀਵੀਏਟੋ ਦੀ ਜ਼ਵਲਤਾਰਿਆ ਇਸ ਤਰ੍ਹਾਂ ਸੱਜੇ ਮੁਰਨਾ ਮਨ ਹੈ ਫਿਰ ਇਹ ਵਹੀ ਕੋਲੀਓ ਗੱਡੀਆਂ ਰਾ ਪ੍ਰੇਜ਼ੈਂਟਾਤੀ ਜਿਹੜੀਆਂ ਵਹਾਈਆਂ ਗਈਆਂ ਨੇ ਇਨ ਫਿਗੂਰਾ ਤਸਵੀਰ ਵਿੱਚ ਦਿਖਾਇਆ ਗਿਆ ਸਿਗਨਲ ਸਾਨੂੰ ਅਗਾਹ ਪਿਆ ਕਰਦਾ ਹੈ ਕਿ ਸੱਜੇ ਮੁਰਨਾ ਮਨਾ ਹੈ ਉਹ ਵਾਲੀਆਂ ਗੱਡੀਆਂ ਜਿਹੜੀਆਂ ਤਸਵੀਰ ਚ ਵਹਾਈਆਂ ਗਈਆਂ ਨੇ ਤੇ ਫਾਲਸੋ ਕਿਉਂਕਿ ਉਹਨਾਂ ਹੀ ਤਾਂ ਸੱਜੇ ਮੁਰ ਜਾਣਾ ਹੈ ਇੰਤਾਈ ਇਜ਼ੀ ਸਵਾਲ ਸੀ ਸਵਾਲ ਨੰਬਰ 10 ਇਸ ਸਿਨਿਆਲ ਰਾਫੀ ਗੁਰਾ ਤੋਂ ਪ੍ਰਨੌਨਚਾ ਅਗਾਹ ਪਿਆ ਕਰਦਾ ਹੁਣ ਆਰਿਆ ਦੀ ਪਰਕੇ ਜੋ ਇੱਕ ਪਾਰਕਿੰਗ ਏਰੀਆ ਹੈ ਰਿਜ਼ਰਵਾਤਾ ਲਈ ਆਵਤੋ ਕਾਰੀ ਜਿਹੜੀ ਕੇ ਟਰੱਕਾਂ ਵਾਸਤੇ ਕਸ ਕੀਤੀ ਗਈ ਹੈ ਫਾਲਸੋ 11 ਇਲ ਸਿਨਿਆਲ ਰਾਫੀ ਗੁਰਾ ਤੋਂ ਪਰਨੋਂਨਚਾ ਅਗਾ ਪਿਆ ਕਰਦਾ ਉਨ ਸਿਨਿਆਲੇ ਦੀ ਉਹ ਬਲੀਗੋ ਇੱਕ ਓਬਲੀਗੋ ਵਾਲਾ ਸਿਗਨਲ ਹੈ ਦਿਸ ਵਲ ਤਾਰੇ ਅਸਨਿਸਤਰਾ ਕਿ ਤੂੰ ਸਾ ਮਰ ਜਾਣਾ ਖੱਬੇ ਪਾਸੇ ਹਮੈਨੂੰ ਹੁਣ ਇਹ ਵੇਖੋ ਨਾ ਇਹ ਹੁਣ ਸਵਾ ਇਹ ਜਿਹੜਾ ਸਾਈਨ ਹੈ ਚਾ ਇਹ ਸੱਜੇ ਪਾਸੇ ਨੂੰ ਮੋੜਦਾ ਪਿਆ ਹੈ ਕਿ ਖੱਬੇ ਪਾਸੇ ਨੂੰ ਮੋੜਦਾ ਪਿਆ ਹੈ ਪਰ ਤੋਂ ਤੇਲੀ ਆਟੋਕਾਰੀ ਸਾਰੀਆਂ ਟਰੱਕਾਂ ਦਾ ਸੱਜੇ ਪਾਸੇ ਨੂੰ ਇਹਨਾਂ ਤੇ ਇੱਥੇ ਪਾਸੋਂ ਚਲਾਕੀ ਦੇ ਨਾਲ ਇੰਤਿਹਾਈ ਚਲਾਕੀ ਦੇ ਨਾਲ ਇਸ ਤਰ੍ਹਾਂ ਦੀ ਜਗਾ ਨਾ ਸਨਿਸਤਰਾ ਕਰ ਦਿੱਤਾ ਸਿਰਫ ਵੇਖਣ ਆਸਤੇ ਕਿ ਜਿਹੜੇ ਸਟੂਡੈਂਟਸ ਆ ਰਹੇ ਨੇ ਕਿਹਾ ਉਹ ਜਿਹਨੀਆਂ ਤੌਰ ਤੇ ਵੀ ਹੁਸ਼ਿਆਰ ਹੈ ਨੇ ਐਕਟਿਵ ਨੇ ਕਿ ਮੈਂ ਉਹਨਾਂ ਨੂੰ ਦਾ ਲਾ ਸਕਣਾ ਬੇਸਿਕਲੀ ਤੋਂ ਦਾ ਲਾਉਣ ਦੀ ਕੋਸ਼ਿਸ਼ ਕਰਦਾ ਲੇਕਿਨ ਤੁਸਾਂ ਦਾ ਨਹੀਂ ਲੁਵਾਣਾ ਤੁਸਾਂ ਦਾ ਨਹੀਂ ਲਵਾਨਾ ਇਹ ਮੈਨੂੰ ਪਤਾ ਹੈ ਕਿ ਤੁਸੀਂ ਮਾਸ਼ਾਅੱਲਾ ਸਾਰੇ ਬਹੁਤ ਬਹਾਦਰ ਹੋ ਤਾਂ ਇਹ ਤੁਸੀਂ ਫੈਸਲਾ ਕੀਤਾ ਹੈ ਨਹੀਂ ਤੇ ਆਮ ਬੰਦੇ ਦਾ ਜੀਨ ਆਲਾ ਇਹ ਫੈਸਲਾ ਕਰ ਸਕਦਾ ਹੀ ਨਹੀਂ ਉਹ ਤਾਂ ਸਿਰਫ ਇਸੇ ਹੀ ਖੋਫ ਦੇ ਵਿੱਚ ਰਹਿੰਦਾ ਕਿ ਯਾਰ ਬਹੁਤ ਮੁਸ਼ਕਲ ਹੈ ਮੈਨੂੰ ਤਾਂ ਜ਼ੁਬਾਨ ਵੀ ਨਹੀਂ ਆਉਂਦੀ ਮੈਂ ਕਿਸ ਤਰ੍ਹਾਂ ਕਰਾਂਗਾ ਤੁਸੀਂ ਬਹਾਦਰ ਹੋ ਜਿਹੜੇ ਇੱਥੋਂ ਤੱਕ ਪਹੁੰਚ ਆਏ ਹੋ ਜਿੰਨੀ ਮਰਜ਼ੀ ਕੋਸ਼ਿਸ਼ ਕਰੇ ਇਹ ਸਾਨੂੰ ਆ ਸਾਡੇ ਮਕਸਦ ਛੇ ਕਾਮਯਾਬ ਹੋਣ ਤੂੰ ਨਹੀਂ ਰੋਕ ਸਕਦਾ ਇਸ ਲਈ ਉਹਨੇ ਆਪਣੀ ਚਲਾਕੀ ਵਹਾਈਏ ਸਨਿਸਤਰਾ ਲਹਿ ਦਿੱਤਾ ਲੇਕਿਨ ਤੂੰ ਸਾਫੇ ਟੱਕ ਕੇ ਨੂੰ ਫਾਲਸ ਹੋ ਕਰ ਦੇਣਾ ਜ਼ਵਲ ਤਾਰੇ ਸਨਿਸਤਰਾ ਕਹਿ ਰਿਹਾ ਹੈ ਫਾਲਸ ਹੋ ਕਿਉਂਕਿ ਜ਼ਵਲ ਤਾਰੇ ਅਧੇਸਤਰਾਸ ਕਰਨਾ ਸੀ ਸਵਾਲ ਨੰਬਰ 12 ਇਲ ਸਿਨਿਆਲ ਰਾਫੀ ਗੁਰਾ ਤੋਂ ਦਿਖਾਇਆ ਗਿਆ ਸਿਗਨਲ ਪ੍ਰਨੌਨਚਾ ਅਗਾ ਪੈ ਕਰਦਾ ਉਹਨਾਂ ਕੋਰਵਾ ਪੈਰੀ ক্লোਜ਼ਾ ਇੱਕ ਖਤਰਨਾਕ ਮੋਰ ਹੈ ਅਤੇ ਇਸ ਤਰ੍ਹਾਂ ਸੱਜੇ ਪਾਸੇ ਫਿਰ ਲਿਆਵੋ ਤਾਂ ਕਾਰ ਇਨ ਟਰਾਂਜ਼ਿਟੋ ਜਿਹੜਾ ਟਰੱਕ ਵਗੈਰਾ ਪੇ ਗੁਜ਼ਰਦੇ ਨੇ ਫਾਲਸ ਹੋ ਗਿਆ 194 ਨੰਬਰ ਪੇਜ ਆ ਗਿਆ ਸਿਨਿਆਲੇ ਦੀ ਧੀਰੇ ਸਿਓ ਨੇ ਸਿਗਨਲ ਹੈ ਡਾਇਰੈਕਸ਼ਨ ਵਾਲਾ ਕਨਸੈਂਟਿਤ ਤੇ ਜਰੀ ਇਜਾਜ਼ਤ ਹੈ ਦਿਸਤਰਾ ਸੱਜੇ ਪਾਸੇ ਦੀ ਏ ਸਨਿਸਤਰਾ ਖੱਬੇ ਪਾਸੇ ਦੀ ਹੁਣ ਹੈ ਸਿਗਨਲ ਆ ਗਏ ਨੇ ਕਿ ਜਿਹਦੇ ਚ ਤੁਹਾਨੂੰ ਅਗਰ ਇਹ ਸਿਗਨਲ ਹੈ ਨਾ ਫਿਰ ਤੁਸੀਂ ਸੱਜੇ ਵੀ ਮੋੜ ਸਕਦੇ ਹੋ ਤੇ ਖੱਬੇ ਵੀ ਮੋੜ ਸਕਦੇ ਹੋ ਦੋ ਡਾਇਰੈਕਸ਼ਨ ਹਨ ਲੇਕਿਨ ਸਿੱਧਿਆਂ ਜ਼ਰਾ ਦੱਸੋ ਹਾਂ ਜਾ ਸਕਦੇ ਹੋ ਵੈਰੀ ਗੁੱਡ ਨਹੀਂ ਜਾ ਸਕਦੇ ਕਿਉਂਕਿ ਓਬਲੀਕੋ ਦਾ ਸਿਗਨਲ ਹੈ ਇਹ ਲਾਜ਼ਮੀ ਹੈ ਕਿ ਅਸਾਂ ਇਹਦੀ ਡਾਇਰੈਕਸ਼ਨ ਨੂੰ ਹੀ ਫਾਲੋ ਕਰਨਾ ਹੈ ਅਸੀਂ ਜਿਸ ਤਰ੍ਹਾਂ ਇਹ ਕਹਿ ਰਿਹਾ ਉਹ ਹੀ ਮੰਨਣਾ ਹੈ ਜਾਂ ਅਸਾਂ ਸੱਜੇ ਜਾਣਾ ਤੇ ਜਾਂ ਅਸਾਂ ਖੱਬੇ ਜਾਣਾ ਸਿੱਧਿਆਂ ਨਹੀਂ ਜਾ ਸਕਦੇ ਪਹਿਲਾਂ ਇੱਕ ਇੱਕ ਸੀ ਹੋਣੇ ਨੇ ਦੋ ਪਾਸਿਆਂ ਨੂੰ ਜਾਣ ਦੀ ਇਜਾਜ਼ਤ ਦਿੱਤੀ ਹੈ ਸਵਾਲ ਨੰਬਰ 1 इल्सिनिराफी ग्रोह तो इन्दीका दस रहा के लिए है किले दिरे सियोनती दस्तरा सरा दिखाया गया सिग्नल दस रहा कि डायरेक्शनज ने जिन्हों की इजाजत सज्जे और खब्बे दी ठीक हो गया जी सवाल नंबर दो इलसनियाले राफी ग्रोह तो ओ बेगा लाजम है

ਇਹ ਜਿਵੇਂ ਵਾਲੇ ਲਾਫੀ ਗ੍ਰਾਥੋ ਇੰਡੀਕਾ ਦਿਖਾਇਆ ਗਿਆ ਸਿਗਨਲ ਦੱਸ ਰਿਹਾ ਲਾ ਇੰਪੋਸੀਬਿਲਿਟੀ ਤਾ ਦੀ ਪ੍ਰੋਸੀਗੂਰ ਅਦ੍ਰਿਤੋ ਲਾ ਇੰਪੋਸੀਬਿਲਿਟੀ ਨਾ ਮਮਕਾਨੇ ਦੀ ਪ੍ਰੋਸੀਗੂਰ ਅਦ੍ਰਿਤੋ ਜਾ ਸਿੱਧਿਆਂ ਜਾਣਾ ਨਾ ਮਮਕਾਨੇ ਬਿਲਕੁਲ ਠੀਕ ਹੈ ਕਿਉਂ ਕਿ ਸਾਨੂੰ ਹੁਕਮ ਦੇ ਰਿਹਾ ਹੋਰ ਅਸੀਂ ਇਹਨਾਂ ਦੇ ਮਾਤਾ ਹਤਾ ਰੋਡ ਦੇ ਉੱਤੇ ਇਹ ਰੋਡ ਦਾ ਬਾਦਸ਼ਾਹ ਹੈ ਤੇ ਬਾਦਸ਼ਾਹ ਦੀ ਗੱਲ ਕਿਸ ਤਰ੍ਹਾਂ ਹੋ ਸਕਦਾ ਕਿ ਅਸੀਂ ਨਾ ਮੰਨੀਏ ਇਹ ਰੋਡ ਦਾ ਬਾਦਸ਼ਾਹ ਹੈ ਔਰ ਅਗਰ ਬਾਦਸ਼ਾਹ ਸਾਨੂੰ ਹੁਕਮ ਦੇ ਰਿਹਾ ਹੈ ਕਿ ਭਾਈ ਖੱਬੇ ਜਾਣਾ ਜੀ ਜਾਂ ਸਿੱਧਿਆਂ ਜਾਣਾ ਜੇ ਤੇ ਫਿਰ ਸਾਡੇ ਕੋਲ ਜੁਰਤ ਹੈ ਕਿ ਉਹਨਾਂ ਨੇ ਕਿੱਦਾਂ ਵੱਡਾ ਲਫ਼ਜ਼ ਇਸਤੇਮਾਲ ਕਰ ਦਿੱਤਾ ਇੰਪੋਸੀਬਲ ਹੈ ਕਿ ਤੁਸੀਂ ਸਿੱਧਿਆਂ ਜਾਓ ਜੇ ਅਸਾਂ ਅੱਜ ਵੀ ਸਾਰ ਬਿਲਕੁਲ ਅਸਾਂ ਇਸਵਾਲ 'ਤੇ ਰੋਕਾਰ ਦਿੱਤਾ ਸਵਾਲ ਲਾਈ ਬੋਸ ਜਿਹੜੀ ਦਾ ਵੀ ਪ੍ਰੋਸੀਜਰ ਦ੍ਰਿਸ਼ਤੋ ਸਵਾਲ ਵੇਰੋਵੇ ਕਿਉਂਕਿ ਦ੍ਰਿਸ਼ਤੋ ਦੀ ਨਾਲ ਆਪਸ਼ਨ ਨਹੀਂ ਹੈ ਤਾਂ ਅਸੀਂ ਇਹ ਨਹੀਂ ਜਾ ਸਕਦਾ ਸਵਾਲ ਨੰਬਰ 6 ਇਸ ਸਿਗਨਲ ਵਾਲੇ ਰਾਫੀ ਗਰਾਫ ਦਿਖਾਇਆ ਗਿਆ ਹੈ ਸਿਗਨਲ ਇੰਦੀ ਕੀ ਦੱਸ ਰਿਹਾ ਹੈ ਲੈ ਉਨੀ ਕੇ ਦਿਰੇਸਿਓ ਨੇ ਕਨਸੈਂਟਿਤ ਤੇ ਦਿਖਾਇਆ ਗਿਆ ਸਿਗਨਲ ਦੱਸ ਰਿਹਾ ਹੈ ਕਿ ਸਿਰਫ ਇਹ ਹੀ ਡਾਇਰੈਕਸ਼ਨ ਹੈ ਜਿੱਧਰ ਜਾਣ ਦੀ ਇਜਾਜ਼ਤ ਹੈ ਲੈ ਉਨੀ ਕੇ ਦਿਰੇਸਿਓ ਨੇ ਕਨਸੈਂਟਿਤ ਤੇ ਯਾਨੀ ਕਿ ਐਹੀ ਹੀ ਡਾਇਰੈਕਸ਼ਨਾਂ ਨੇ ਜਿੱਧਰ ਜਾਣ ਦੀ ਇਜਾਜ਼ਤ ਹੈ। ਵੀਰੋ ਸਵਾਲ ਨੰਬਰ 7 ਕਿਲ ਸਿਗਨਲ ਦੇ ਲਾ ਫਿਗਰ ਆਤ ਇਹਨ ਸਿਗਨਲ ਦੇ ਪ੍ਰੈਸਕ੍ਰਿਪੀਸ਼ਨੇ ਪਾਬੰਦੀ ਵਾਲਾ ਸਿਗਨਲ ਹੈ ਜੀ। ਵੀਰੋ ਸਵਾਲ ਨੰਬਰ 8 ਕਿਲ ਸਿਗਨਲ ਦੇ ਲਾ ਫਿਗਰ ਆਤ ਉਹ ਇੰਡੀਕਾ ਕਿ ਦੀ ਦਿਸ ਫੋਰਸਿਸ ਉਦੋਏ ਫਿਲੇ ਪਰ ਪ੍ਰੋਸੀਜਰ ਹੈ ਦਿੱਤਾ ਕਿ ਹੋਇਆ ਦੋਹਾਂ ਫਿਲਿਆਂ 'ਚ ਦੋ ਲਾਈਨਾਂ 'ਤੇ ਸਿੱਧਿਆਂ ਜਾਣ ਆਸਤੇ ਪਾਲਸੋ ਫਾਲਸ 0 ਨੰਬਰ 9 ਇਲਸਨੀ ਵਾਲਾ ਫਿਗਰ ਆਤੋ ਇੰਡੀਕਾ ਕੇਲ ਸੁਰ 501 კონਸੰਤਿਤੋ ਸਿਆਦੇਸਤਰਾ ਕੇ ਅਸਨਿਸਤਰਾ ਕਿ ਤੁਸੀਂ ਇਹ ਵਾ ਟੇਕ ਕਰ ਸਕਦੇ ਹੋ ਸੱਜੇ ਪਾਸੇੋਂ ਜਾਂ ਖੱਬੇ ਪਾਸੇੋਂ ਫਾਲਸੋ ਵੀ ਟਾਪਿਕ ਤੋਂ ਹਟ ਕੇ ਵੀ ਇਸੁਰ 50 ਵੀ ਆ ਰਿਹਾ ਹੈ ਕਿ ਉਹ ਟੇਕ ਕਰੋ ਚਾਹੇ ਸੱਜੇੋਂ ਚਾਹੇ ਖੱਬੇੋਂ 10 ਇਲਸਨੀ ਵਾਲਾ ਫਿਗਰ ਆਤੋ ਇੰਡੀਕਾ 10 ਰਿਆਲਾ ਇਨੀਸਿਓ ਦੇ ਦੋ ਪੀਓ ਸੈਂਸੋ ਦੇ ਸਰਕੂਲੇਸ਼ਨ ਨੇ ਦੋ ਤਰਫਾਂ ਚ ਸ਼ੁਰੂ ਹੋ ਗਿਆ ਟਾਪਿਕ ਤੋਂ ਹਟ ਕੇ ਫਾਲਸੋ तो इन्दी का दस रहा लाफा खोलता दी पासारिया देसरा मुश्किल है गुजरना सज्जे पास्यों आनिसरा खबे पास्यों दिना ईज वाला को एक जजीरा स्पारताफिकोदा जिथे मुश्किल है सज्जों खबियों होकर लंघना फालसो ए बाई सवाल नंबर बारह ਸਨੀ ਅਲੇਲਾ ਫਿਗਰਾਤ ਇੰਦੀ ਕਾ ਦਾਸ ਰਹਾ ਪ੍ਰਸਾਜੋ ਗੁਜ਼ਰੋ ਕਨਸੈਂਟੀ ਤੋਂ ਇਜਾਜ਼ਤ ਹੈ ਅਲਾ ਦਿਸ ਤਰਾ ਸੱਜੇ ਪਾਸੇ ਦੀ ਹੋ ਕੇ ਲੰਘਣ ਦੀ ਇਜਾਜ਼ਤ ਹੈ ਇੱਧਾਲਾ ਸਨੀਸਤਰਾ ਔਰ ਖੱਬੇ ਪਾਸੇ ਨੂੰ ਲੰਘਣ ਦੀ ਇਜਾਜ਼ਤ ਦੇ ਦਿਉਨ ਉਸਤਾ ਕੋਲ ਇੱਕ ਰੁਕਾਵਟ ਹੈ ਰੋਡ ਦੇ ਵਿੱਚ ਤੇ ਕਹਿੰਦਾ ਕਿ ਜਿੱਦੇ ਖੱਦਿਆਂ ਸੱਜੀਆਂ ਲੰਘਣ ਦੀ ਇਜਾਜ਼ਤ ਹੈ ਰੋਡ ਚ ਰੁਕਾਵਟ ਆ ਗਈ ਹੈ ਦਰਮਿਆਨ ਚ ਕਿ ਪੱਥਰ ਤੇ ਇੱਕ ਟੋਇਆ ਆ ਗਿਆ ਕੋ ਖੱਡਾ ਵਗੈਰਾ ਹੈ ਕਹਿ ਰਹਾ ਕਿ ਤੁਸੀਂ ਸੱਜੀਆਂ ਵੀ ਲੰਘ ਸਕਦੇ ਹੋ ਖੱਬੀਆਂ ਵੀ ਲੰਘ ਸਕਦੇ ਹੋ ਪਰ ਸੱਜੋ ਫਾਲਸੋ 13 ਇਲਸਨੀ ਅਲੇ ਲਾ ਫਿਗਰ ਹਾ ਤੇਨ ਸੁਨੀ ਅਲੇ ਦਿੱਵੀਏ ਤੋ ਇੰਡੀਕੇਸ਼ਨ ਨੇ ਸਰਕੂਲੇਸ਼ਨ ਹੈ ਪਰਫਿਲੇ ਪੈਰਲੈਲ ਹੈ ਚਲੋ ਫਿਲੇ ਪੈਰਲੈਲ ਹੈ ਕਿ ਜਿਸ ਤਰ੍ਹਾਂ ਰਸ਼ ਦੇ ਵਿੱਚ ਤੁਹਾਨੂੰ ਪਿੱਛੇ ਵੀ ਮੈਂ ਨਾ ਦੱਸਿਆ ਸੀ ਕਿ ਰਸ਼ ਦੇ ਵਿੱਚ ਅਗਰ ਅਕਸਰ ਤੁਸੀਂ ਵੇਖਿਆ ਉਹਨਾਂ ਜਦੋਂ ਟ੍ਰੈਫਿਕ ਜਾਮ ਹੁੰਦੀ ਹੈ ਤੇ ਗੱਡੀਆਂ ਇਸ ਤਰ੍ਹਾਂ ਚੱਲਦੀਆਂ ਹੁੰਦੀਆਂ ਨੇ ਨਾਲ ਨਾਲ ਉਹ ਫਿਲੇ ਪੈਰਲੈਲ ਹੈ ਰ ਹੈ ਤੇ ਐਬ ਫਿਲੇ ਪੈਰਲੈਲ ਹੈ ਰ ਤੁਹਾਨੂੰ ਚੱਲਣ ਦੀ ਇਜਾਜ਼ਤ ਹੈ ਫਾਲਸ ਹੋ ਗਿਆ 195 పేజ్ టాపిక్ ਹੋਈ ਟਾਪਿਕ ਹੀ ਦਿਰੇਸ਼ਿਓ ਨੇ ਡਾਇਰੈਕਸ਼ਨ ਕੌਨਸੈਂਟਿਤ ਜਿਹੜੀ ਇਜਾਜ਼ਤ ਤੇ ਦੇਸਤਰਾ ਇਸਨੀਸਤਰਾ ਸੱਜੇ ਖੱਬੇ ਦੀ ਸਵਾਲ ਨੰਬਰ 1 ਇਸ ਸੁਨਿਆਲੇ ਰਿਫਿਗਰੋਅ ਤੋਂ ਇੰਦੀ ਕਾ ਦਿਖਾਇਆ ਗਿਆ ਸਿਗਨਲ ਦੱਸ ਰਿਹਾ ਕਿ ਇੱਕ ਕੌਨਸੈਂਟਿਤ ਜ਼ਵਲਤਾਰਿਆ ਦੇਸਤਰਾ ਸੱਜੇ ਮੁਰਨ ਦੀ ਇਜਾਜ਼ਤ ਤੇ ਜੀ ਬਿਲਕੁਲ ਜ਼ਵਲਤਾਰਿਆ ਸਨੀਸਤਰਾ ਖੱਬੇ ਮੁਰਨ ਦੀ ਵੀ ਇਜਾਜ਼ਤ ਤੇ ਜੀ ਬਿਲਕੁਲ ਇਲ ਸਨੀ ਵਾਲੇ ਲਾ ਫਿਗਰਾ ਤੋਂ ਇੰਦੀਕਾ ਕੇ ਨੋਨੇ ਕੌਨਸੈਂਤੀਤੋ ਪ੍ਰੋਸੀਗੂਰੇ ਦ੍ਰਿਤ ਤੋਂ ਕਿ ਸਿੱਧਿਆਂ ਜਾਣ ਦੀ ਇਜਾਜ਼ਤ ਨਹੀਂ ਜੀ ਵੇਰੋ ਬਿਲਕੁਲ ਨਹੀਂ ਇਲ ਸਨੀ ਵਾਲੇ ਲਾ ਫਿਗਰਾ ਤੋਂ ਇੰਦੀਕਾ ਦੱਸ ਰਿਹਾ ਹੈ ਕੇ ਸੀ ਪੋਸ਼ੇਲੀ ਹਰੇ ਤੁਸੀਂ ਸਿਲੈਕਟ ਕਰ ਸਕਦੇ ਹੋ ਫਰਾਲ ਦੇ ਦੋਵੇਂ ਦਿਰੇ ਸੀ ਉਹਨੇ ਦੋ ਡਾਇਰੈਕਸ਼ਨਾਂ ਦੇ ਦਰਮਿਆਨ ਵਿੱਚ ਕੌਨਸੈਂਤੀਤੋ ਜੀ ਦੀ ਇਜਾਜ਼ਤ ਦਿਖਾਇਆ ਗਿਆ ਸਿਗਨਲ ਇੰਦੀਕਾ ਦੱਸ ਰਿਹਾ ਹੈ ਕੇ ਸੀ ਪੋਸ਼ੇਲੀ ਹਰੇ ਤੁਸੀਂ ਸਿਲੈਕਟ ਕਰ ਸਕਦੇ ਹੋ ਯਾਨੀ ਕਿ ਮਨਤਖਬ ਕਰ ਸਕਦੇ ਹੋ ਕਿ ਤੁਸੀਂ ਕਿੱਧਰ ਜਾਣਾ ਹੈ ਨਵਾਂ ਲਫਜ਼ ਆ ਗਿਆ ਨਾ ਸ਼ੇਲੀਏਰੇ ਇਹ ਹੁੰਦਾ ਸਿਲੈਕਟ ਕਰਨਾ ਇੰਤਖਾਬ ਕਰਨਾ ਤੁਸੀਂ ਇੰਤਖਾਬ ਕਰ ਸਕਦੇ ਹੋ ਕਿ ਯਾਰ ਤੁਸੀਂ ਸੱਜੇ ਜਾਣਾ ਹੈ ਕਿ ਤੁਸੀਂ ਖੱਬੇ ਜਾਣਾ ਹੈ ਫਰਾਤ ਦਰਮਿਆਨ ਹੈ ਚਲੇ ਦੋਵੇਂ ਧੀਰੇ ਸਿਓ ਨੇ ਜਿਹੜੀਆਂ ਦੋ ਡਾਇਰੈਕਸ਼ਨਾਂ ਨੇ ਇਹਨਾਂ ਦੇ ਦਰਮਿਆਨ ਚ ਤੁਸੀਂ ਸਿਲੈਕਟ ਕਰ ਸਕਦੇ ਹੋ ਖੱਬੇ ਜਾਂ ਸੱਜੇ ਜਾਣਾ ਜਾਂ ਖੱਬੇ ਜਾਣਾ ਹੈ ਕਨਸੈਂਟਿਤ ਜੀ ਦੀ ਇਜਾਜ਼ਤ ਹੈ ਜੀ ਬਿਲਕੁਲ ਠੀਕ ਹੈ ਅਸੀਂ ਕਰ ਸਕਦੇ ਹਾਂ ਫਿਰ ਹੋ ਗਿਆ ਸਵਾਲ ਨੰਬਰ 5 ਇਸ ਜਿਹੜੇ ਫਿਗਰ ਆ ਤੋਂ ਇੰਡੀਕਾ ਦੱਸ ਰਿਹਾ ਕਿ ਨੀਲੇ ਇਮੇ ਦੀਏ ਦੇ ਵਿੱਚ ਨਾਂ ਦੇ ਚ ਇਹ ਉਹਨਾ ਬੀਫਰੋਕਾਸੀਓਨ ਪੈਰੀਕਲੋਜ਼ਾ ਦਿਖਾਇਆ ਗਿਆ ਸਿਗਨਲ ਸਾਨੂੰ ਦੱਸ ਰਿਹਾ ਕਿ ਫੌਰੀ ਤੌਰ ਤੇ ਸਾਡੇ ਨਜ਼ਦੀਕ ਉਹਨਾ ਇੱਕ ਖਤਰਨਾਕ ਟਰਨ ਨੇ ਮੋਰ ਵਗੈਰਾ ਫਾਲਸ ਛੇ ਇਨ ਸਨਿਆਲੇ ਦਾ ਫਿਗਰਾ ਤੋਂ ਇੰਦੀ ਕਾ ਚੇ ਬਿਜ਼ੋਨ ਯਾ ਜ਼ਰੂਰ ਦੇ ਦਿਸ ਪੋਰਸ ਹੀ ਹਟ ਜਾਓ ਸੋ ਦੂਵੇ ਫਿਲੇ ਫਿਰ ਪ੍ਰੋਸੇ ਗੁਰੇ ਦਰੀ ਤੋਂ ਸਿੱਧੀਆਂ ਜਾਣ ਆ ਤੇ ਦੋ ਫਿਲਿਆਂ ਦੇ ਵਿੱਚ ਹਟ ਜਾਓ ਤਕਸੀਮ ਹੋ ਯਾ ਫਾਲਸ ਹੋ ਸੱਤ ਇਲ ਸਨਿਆਲੇ ਦਾ ਫਿਗਰਾ ਤੋਂ ਦਿਖਾਇਆ ਗਿਆ ਸਿਗਨਲ ਇੰਦੀ ਕਾ ਦਾਸ ਰਿਆ ਕਿ ਇਹ ਕੋਨ ਸੰਤੀ ਤੋਂ ਇਜਾਜ਼ਤ ਹੈ ਪਸਾਰੇ ਗੁਜ਼ਰਨ ਦੀ ਲੰਘਣ ਦੀ ਦੇਸਤਰਾ ਕੇ ਅਸਨਿਸਤਰਾ ਸਜੀਆਂ ਖਾਬਿਆਂ ਦੇ ਲਾ ਸਤ੍ਰੀ ਸ਼ਾ ਕੰਟੀਨਿਊ ਆ ਜਿਹੜੀ ਕੰਟੀਨਿਊ ਲਾਈਨ ਲੱਗੀ ਹੈ ਨਾ ਦਰਮਿਆਨ ਵਿੱਚ ਫਰਜ਼ ਕਰ ਲਾ ਲਾਈਨ ਲੱਗੀ ਹੈ ਤੁਸੀਂ ਜਾ ਰਹੇ ਹੋ ਕਹਿ ਰਹੇ ਤੇ ਸੱਜੀਆਂ ਵੀ ਤੇ ਖੱਬੀਆਂ ਵੀ ਲੰਘਣ ਦੀ ਇਜਾਜ਼ਤ ਹੈ ਫਾਲਸ ਉਹ ਬਈ ਪਸਾਰੇ ਨਹੀਂ ਹੈ 8 ਇਸ ਨੇ ਵਾਲੇ ਦਾ ਫਿਗਰ ਆਤ ਇੰਦੀ ਦਾ ਦੋ ਸੈਂਸੀ 19 ਹੀ ਪਾਰਾ ਲੈ ਲਈ ਦੋ ਤਰਫਾ ਉਹ ਇੱਕ ਪੈਰਲਲ ਹੈ ਫਾਲਸ ਹੋ ਗਿਆ ਇਹ ਨਹੀਂ ਹੈ ਜੀ ਇਸ ਟਾਪਿਕ ਤੋਂ ਹਟ ਕੇ ਨਾ ਲੋ 196 ਨੰਬਰ ਪੇਜ ਆ ਗਿਆ ਇਹ ਵੀ ਉਹ ਚੀਜ਼ ਹੈ ਹੁਣ ਇਹਦੇ ਵਿੱਚ ਅਸਾਂ ਕੀ ਵੇਖਣਾ ਹੈ ਹੁਣ ਸਾਨੂੰ ਜਾਂ ਸਿੱਧਿਆਂ ਜਾਣ ਦੀ ਇਜਾਜ਼ਤ ਹੈ ਤੇ ਜਾਂ ਇਸ ਤਰ੍ਹਾਂ ਸੱਜੇ ਜਾਣ ਦੀ ਇਜਾਜ਼ਤ ਹੈ ਖੱਬੇ ਦੀ ਨਹੀਂ ਹੈ ਸਨਿਸਤਰਾ ਦੀ ਨਹੀਂ ਹੈ ਬਸ ਇਸੇ ਚੀਜ਼ ਨੂੰ ਜ਼ੇਮ ਚਰਾ ਕੇ ਅਸਾਂ ਤੋੜਦੇ ਜਾਣਾ ਹੈ ਸਨਿਯਾਲੇ ਦੀ ਦਿ੍ਰਿਸ਼ਿਓਨ ਕੋਨਸੈਂਟਿਟੋ ਦ੍ਰਿਸ਼ਵਾਦੇ ਇਸ ਤਰ੍ਹਾਂ ਸਿੱਧਿਆਂ ਜਾਂ ਸੱਜੇ ਦੀ ਇਜਾਜ਼ਤ ਹੈ ਜ਼ਰਾ ਮੈਂ ਸਪੀਡ ਨਾਲ ਕਰਨਾ ਇਹਨੂੰ ਇਲਸਨੀਅਲਰ ਲਾਫਿਗਰਾਤੋ ਓਬਲੀ ਕਾ ਲਾਜ਼ਮ ਹੈ ਪ੍ਰੋਸੀਗੂਰੈਦ੍ਰੀਤੋ ਸਿੱਧੇ ਜਾਵੋ ਜ਼ਵਲਤਾ ਦੇਸਤਰਾ ਲਿੰਕਰੋਚੋ ਯਾ ਸੱਜੇ ਮੋਰਜੋ ਚੋਕੇ ਚ ਜੀ ਦੋ ਇਲਸਨੀਅਲਰ ਲਾਫਿਗਰਾਤੋ ਕੌਨਸੈਂਟੇ ਜਾਜ਼ਾਤ ਦੇ 10 16 ਦੀ ਪ੍ਰੋਸੀਗੂਰੈਦ੍ਰੀਤੋ ਜ਼ਵਲਤਾ ਰਿਆ ਦੇਸਤਰਾ ਸਿਰਫ ਸਿੱਧਿਆਂ ਜਾਣ ਦੀ ਯਾ ਸੱਜੇ ਜਾਣ ਦੀ ਇਜਾਜ਼ਤ ਵੇਰੋ ਤਿੰਨ ਇਲਸਨੀਅਲਰ ਲਾਫਿਗਰਾਤੋ ਨੌਨ ਕੌਨਸੈਂਟੇ ਲਾ ਜ਼ਵਲਤਾ ਸਿਨੀਸਤਰਾ ਲਿੰਕਰੋਚੋ ਅੱਗੇ ਜਿਹੜਾ ਚੌਕ ਹੈ ਉੱਥੇ ਖੱਬੇ ਮੁਰਨ ਦੀ ਇਜਾਜ਼ਤ ਨਹੀਂ ਬਿਲਕੁਲ ਠੀਕ ਹੈ ਸਵਾਲ ਨੰਬਰ 4 ਇਲ ਸਨੀਆਲੇ ਰਾ ਫਿਗੁਰਾ ਤੋ ਇੰਦੀ ਕਲਾ ਇੰਪੋਸੀਬਿਲਿਟੀ ਅ ਡਿਸਵੋਲਟਾਰੀਆ ਸਨਿਸਟਰਾ ਖੱਬੇ ਮੁਰਨ ਦਾ ਨਾਮुमकिन ਹੈ ਕੋਈ ਨਾ ਮੁਮਕਨ ਹੈ ਤੁਸੀਂ ਖੱਬੇ ਮੁਰੋ ਵੇਰੋ ਸਵਾਲ ਨੰਬਰ 5 ਇਲ ਸਨੀਆਲੇ ਰਾ ਫਿਗੁਰਾ ਤੋ ਇੰਦੀ ਕਲਾ ਉਨੀ ਕੇ ਦਿਰੇਸਿਓਨੇ ਕਨਸੈਂਟਿਟੋ ਕਿ ਐ ਹੈ ਡਾਇਰੈਕਸ਼ਨਾਂ ਨੇ ਜਿੱਧਰ ਜਾਣ ਦੀ ਇਜਾਜ਼ਤ ਹੈ ਬਿਲਕੁਲ ਠੀਕ ਹੈ ਉਨੀ ਕੇ ਦਿਰੇਸਿਓਨੇ ਦੀ ਕਨਸੈਂਟਿਟੋ ਯਾਨੀ ਕਿ ਸਿਰਫ ਤੁਹਾਡੇ ਕੋਲ ਇਹ ਹੀ ਦੋ ਡਾਇਰੈਕਸ਼ਨਾਂ ਨੇ ਜਿੱਧਰ ਜਾਣ ਦੀ ਇਜਾਜ਼ਤ ਹੈ। ਸਵਾਲ ਨੰਬਰ 6 ਇਸ ਸੁਨਿਆਰੇ ਲਾ ਫਿਗਰਾਟ ਇਸ ਸੁਨਿਆਰੇ ਦੀ ਪੇਸਕ੍ਰੀਸੀ ਹੋਣੇ ਜੀ ਠੀਕ ਹੈ ਸਵਾਲ ਨੰਬਰ 7 ਇਸ ਸੁਨਿਆਰੇ ਲਾ ਫਿਗਰਾਟ ਇਸ ਸੁਨਿਆਰੇ ਦੀ ਆਬਲੀ ਕੋ ਬਿਲਕੁਲ ਸਵਾਲ ਨੰਬਰ ਆ ਗਿਆ ਜੀ 8 ਇਸ ਸੁਨਿਆਰੇ ਲਾ ਫਿਗਰਾਟ ਕਨਸੈਂਟ 16 ਦੀ ਪ੍ਰੋਸੀਗੁਰੇਦਰੀ ਤੋਂ ਸਿਰਫ ਸਿੱਧਿਆਂ ਜਾਣ ਦੀ ਇਜਾਜ਼ਤ ਹੈ ਫਾਲਸ ਹੋ ਕਿਉਂਕਿ ਸੱਜੇ ਜਾਣ ਦੀ ਵੀ ਹੈ 9 ਇਲਸਨੀ ਵਾਲੇ ਰਾਫੀ ਗ੍ਰਾਥੋ ਇੰਡੀ ਕਾ ਦੱਸ ਰਿਹਾ ਕਿ ਇੱਕਨ ਸੰਤੀਤ ਤੋਂ ਇਜਾਜ਼ਤ ਸੁਲਤਾਨ ਤੋਂ ਜ਼ਵਲਤਾ ਰਿਆ ਇਸ ਤਰ੍ਹਾਂ ਸਿਰਫ ਸੱਜੇ ਮੁਰਨ ਦੀ ਇਜਾਜ਼ਤ ਹੈ ਫਾਲਸੋ ਕਿਉਂਕਿ ਸਿੱਧਿਆਂ ਜਾਣ ਦੀ ਵੀ ਇਜਾਜ਼ਤ ਹੈ ਸਵਾਲ ਨੰਬਰ 10 ਇਲਸਨੀ ਵਾਲੇ ਰਾਫੀ ਗ੍ਰਾਥੋ ਓਬਲੀ ਕਾ ਲਾਜ਼ਮ ਹੈ ਪਸਾਰੇਆ ਦੇਸਤਰਾ ਕਿ ਤੁਸੀਂ ਸੱਜਿਆਂ ਦੀ ਲੰਗੋ ਦੀ ਉਮਕੰਤੀ ਹੈ ਇਸ ਤਰ੍ਹਾਂ ਦਾਲ ਰੋਡ ਦੇ ਉੱਤੇ ਕੰਮ ਹੋ ਰਿਹਾ ਤੁਹਾਡੇ ਵਾਸਤੇ ਲਾਜ਼ਮ ਹੈ ਪਸਾਰੇਆ ਦੇਸਤਰਾ ਸੱਜੇ ਪਾਸੇ ਦੀ ਹੋ ਕੇ ਲੰਗੋ ਪਸਾਰੇ ਤੁਹਾਨੂੰ ਦੱਸਿਆ ਕਿ ਜਿਹੜੇ ਸਵਾਲ ਇਸ ਤਰ੍ਹਾਂ ਦੀਆਂ ਡਾਇਰੈਕਸ਼ਨਾਂ ਦੇ ਵਿੱਚ ਨੇ ਉਪਰ ਸਾਰੇ ਆਏ ਤਾਂ ਤੁਸੀਂ ਉਹਨਾਂ ਨੂੰ ਫਾਲਸੋ ਕਰ ਦੋ। ਪਾਸਾਰੇ ਦੀ ਡਾਇਰੈਕਸ਼ਨ ਇਹ ਵਾਲੀ ਏ। ਮੈਂ ਫਿਰ ਤੁਹਾਨੂੰ ਤਸਵੀਰ ਵਾਹ ਦੇਣਾ। ਬਹੁਤ ਜ਼ਿਆਦਾ ਸਵਾਲ ਆ ਰਹੇ ਨੇ ਤੇ ਇਹ ਹੀ ਸਿਰਫ ਕਨਫਿਊਜ਼ਨ ਬਣਾਉਂਦੇ ਨੇ। ਇਸ ਪੇਜ ਦੇ ਵਿੱਚ ਨਾ ਪਾਸਾਰੇ ਕਨਫਿਊਜ਼ਨ ਔਰ ਜ਼ਵਲਤਾਰੇ ਕਨਫਿਊਜ਼ਨ ਬਣਾਉਂਦੇ ਆ। ਔਰ ਮੇਰੇ ਖਿਆਲ ਨਾਲ ਅਲhamdulillah ਮੈਂ ਤੁਹਾਡੀ ਇਹ ਕਨਫਿਊਜ਼ਨ ਔਰ ਬਹੁਤ ਸਾਰੇ ਸਵਾਲ ਤੁਹਾਡੇ ਠੀਕ ਹੋ ਗਏ ਨੇ ਤੇ ਇਮਤਿਹਾਨ ਦੇ ਵਿੱਚ ਵੀ ਜ਼ਿਆਦਾ ਚਾਂਸ ਹੈ ਇਸ ਸਵਾਲ ਪਾਸਾਰੇ ਦੇ ਹੁੰਦੇ ਹੁੰਦੇ ਨੇ। ਕਮਕਾ ਪਾਸਾਰੇ ਹੋਰ ਜ਼ਵਲ ਤਾਰੇ ਦੇ ਵਿੱਚ ਥੋੜਾ ਜਿਹਾ ਫਰਕ ਹੈ ਪਾਸਾਰੇ ਵੀ ਹੁੰਦਾ ਹੈ ਗੁਜ਼ਰਨਾ ਕਿ ਨਾਲੋਂ ਦੀ ਹੋ ਕੇ ਲੰਘ ਜਾਓ ਜ਼ਵਲ ਤਾਰੇ ਵੀ ਹੁੰਦਾ ਹੈ ਕਿ ਮਰ ਜਾਓ ਤੇ ਇਸ ਲਈ ਇਹ ਫਾਲਸੋ ਸਵਾਲ ਨੰਬਰ 11 ਇਸ ਸੁਨਿਆਲੇ ਦਾ ਫਿਗਰ ਆ ਤੇ ਇਹਨੂੰ ਸੁਨਿਆਲੇ ਦੀ ਹਿੰਦੀ ਕਰਸੀ ਹੋਣ ਹੈ ਫਾਲਸੋ ਪੈਰੀਕਲੋਜ਼ ਹੁੰਦਾ ਹੈ ਫਾਲਸੋ 13 ਇਸ ਸੁਨਿਆਲੇ ਦਾ ਫਿਗਰ ਆ ਤੇ ਹਿੰਦੀ ਕਰ ਪ੍ਰੋਸੀਮੋ ਇਨੋਸ ਇਨੀਸ਼ੀਓ ਅੱਗੇ ਸ਼ੁਰੂ ਹੋ ਰਿਹਾ ਦੀ ਉਹਨਾਂ ਕੁਰਸੀਆਂ ਸਪਲੀਮੈਂਟਾਰੇ ਰਿਜ਼ਰਵਾਟਾਂ ਹੀ ਵੇਖ ਲਈਨਤਾਰੇ ਲੈਨਤੀ ਅੱਗੇ ਜਾ ਕੇ ਕੁਰਸੀਆਂ ਸ਼ੁਰੂ ਹੋ ਰਿਹਾ ਜਿਹੜਾ ਆਸਤੱਕ ਚੱਲਨ ਵਾਲੀਆਂ ਗੱਡੀਆਂ ਵਾਸਤੇ ਫਾਲਸੋ 197 ਨੰਬਰ ਪੇਜ ਮਕਾਇਨਾ ਇਸ ਚੈਪਟਰ ਨੂੰ ਕੀ ਖਿਆਲ ਹੈ ਸਿਨਿਆਰੇ ਦੇ ਦ੍ਰਿਸ਼ਿਓਂ ਨੇ ਕਨਸੈਂਟਿਦ ਦ੍ਰਿੱਤਵਾਦੇ ਇਸ ਤਰ੍ਹਾਂ ਵੋਈ ਇਹ ਸਵਾਲ ਨੰਬਰ 1 इलसनेयाले राफीग्रातो इंडिका के नॉन ए कंसेंटिटोस वोलतारिया सिनिस्त्रा ਹੁਣ ਤੇ ਯਾਰ ਤੁਹਾਨੂੰ ਵੇਖੋ ਚਾਹੇ ਤੁਹਾਨੂੰ ਜ਼ੁਬਾਨ ਨਹੀਂ ਵੀ ਨਾ ਹੁੰਦੀ ਲੇਕਿਨ ਇਹ ਤੇ ਹੁਣ ਤੁਹਾਨੂੰ ਸੁਣ ਸੁਣ ਕੇ ਪਤਾ ਚੱਲ ਗਿਆ ਹੋਣਾ ਕਿਦਾ ਕੀ ਮਤਲਬ ਕਿ ਖੱਬੇ ਮੁਰਨ ਦੀ ਇਜਾਜ਼ਤ ਨਹੀਂ ਹੈ ਇਲਸਨੇਯਾਲੇ ਰਾਫੀਗਰਾਤੋ ਇੰਡੀਕਾ ਕੇ ਇੱਕ ਕੌਨਸੈਂਟਿਟੋ ਜ਼ਵੋਲਤਾਰਿਆ ਦੇਸਰਾ ਦੱਸ ਰਿਹਾ ਕਿ ਸੱਜੇ ਮੁਰਨ ਦੀ ਇਜਾਜ਼ਤ ਤੇ ਤੈਨ ਇਲਸਨੇਯਾਲੇ ਰਾਫੀਗਰਾਤੋ ਇੰਡੀਕਾ ਕੇ ਇੱਕ ਕੌਨਸੈਂਟਿਟੋ ਪ੍ਰੋਸੀਗੁਰੇ ਡ੍ਰਿਟੋ ਸੇਦਿਆਂ ਜਾਨ ਦੀ ਇਜਾਜ਼ਤ ਤੇ ਇਲਸਨੀਆਲੇ ਲਾਫਿਕ ਰਾਤੋ ਇੰਡੀਕਾ ਕੇ ਸੀ ਪੋਲ ਸ਼ੇਲੀਏਰੇ ਤੁਸੀਂ ਮੁੰਤਖਬ ਕਰ ਸਕਦੇ ਹੋ ਸਿਲੈਕਟ ਕਰ ਸਕਦੇ ਹੋ ਫਿਲਹਾਲ ਇਹ ਦੋਵੇਂ ਦਿਰੇਸੀਓ ਨੇ ਕਨਸੈਂਟਿਟ ਦੋ ਡਾਇਰੈਕਸ਼ਨਾਂ ਨੇ ਜਿਹਦੀ ਇਜਾਜ਼ਤ ਹੈ ਸਵਾਲ ਨੰਬਰ 5 ਇਲਸਨੀਆਲੇ ਲਾਫਿਕ ਰਾਤੋ ਇੰਡੀਕਾ ਕੇ អੋਬਲੀਗាទਰੀ ਜ਼ੋਲਤਾਰੇ ਉਨੀ ਕਾ ਮੈਂਤਿਆ ਅਦੇਸਤਰਾ ਲਾਜ਼ਮੀ ਹੈ ਕਿ ਮੁਰਜਾ ਉਨੀ ਕਾ ਮੈਂਤ ਸਿਰਫ ਅਦੇਸਤਰਾ ਸੱਜੇ ਪਾਸੇ ਤੇ ਉਨੀ ਕਾ ਮੈਂਤ ਇਹ ਜਿੰਨੇ ਵੀ ਸਵਾਲ ਨੇ ਇਹ ਫਾਲਸੋ ਨੇ ਸੈਂਪਰੇ ਫਾਲਸੋ ਨੇ ਸਵਾਲ ਨੰਬਰ 6 ਇਲਸਨੀਆਲੇਰਾ ਫਿਗੂਰਾਤ ਇੰਡੀਕਾ ਕੇ ਐਬਲੀਗਟੋਰੀਓ ਪ੍ਰੋਸੀਗੂਰੇ ਦ੍ਰਿਤੋ ਲਾਜ਼ਮੀ ਹੈ ਕਿ ਸਿੱਧਿਆਂ ਜਾਓ ਸੋਲੋ ਦ੍ਰਿਤੋ ਸਿਰਫ ਸਿੱਧਿਆਂ ਜਾਓ ਫਾਲਸੋ ਕਿਉਂਕਿ ਅਸੀਂ ਸੱਜੇ ਵੀ ਜਾ ਸਕਦੇ ਹਾਂ ਸਵਾਲ ਨੰਬਰ 7 ਇਲਸਨੀਆਲੇਰਾ ਫਿਗੂਰਾਤ ਇੰਡੀਕਾ ਕੇ ਐਬਲੀਗਟੋਰੀਓ ਦਾਰੇਲਾ ਪ੍ਰੇਚੇ ਦੇ ਇਨਜਾਸ ਸਨੀ ਇਸ ਤਰ੍ਹਾਂ ਕਿ ਖੱਬੇ ਪਾਸੇ ਜਿਹੜੇ ਆ ਰਹੇ ਨੇ ਉਹਨਾਂ ਨੂੰ ਹੱਕ ਦਵੋ ਲਾਜ਼ਮੀ ਹੈ ਉਹਨਾਂ ਨੂੰ ਲੰਘਣ ਦਵੋ ਟਾਪਿਕ ਤੋਂ ਹਟ ਕੇ ਫਾਲਸੋ ਇਲਸਨੀਆਲੇਰਾ ਫਿਗੂਰਾਤ ਇੰਡੀਕਾ ਕੇ ਇਨ ਉਨੀ ਕਾਜ਼ੋ ਹਰ ਕੇਸ ਵਿੱਚ ਬਿਜ਼ੋਨੀਆ ਜ਼ਰੂਰਤ ਤੇ ਨੇਰ ਸੀ ਹਟ ਜਾਓ ਇਲ ਪਿਊ ਪੋਸੀਬਲ ਜਿੰਨਾ ਮਮਕਨ ਸਲ ਮਾਰਜੀ ਨੇ ਦੇਸਟਰੋ ਸੱਜੇ ਪਾਸੇ ਦੇ ਅਲੱਗ ਕਰਿਆ ਜਾਂਦਾ ਕਰਿਆ ਜਾਂਦਾ ਤੇ ਅੰਦਾ ਹਰ ਹਾਲ ਦੇ ਵਿੱਚ ਦਿਖਾਇਆ ਗਿਆ ਸਿਗਨਲ ਦੱਸ ਰਿਹਾ ਕਿ ਹਰ ਹਾਲ ਦੇ ਵਿੱਚ ਤੁਸੀਂ ਹਟ ਜਾਓ ਹੋਯੋ ਜਿੰਨਾ ਮਮਕਨ ਹੈ ਕਰਿਆ ਜਾਂਦਾ ਤੇ ਸੱਜੇ ਪਾਸੇ ਫਾਲਸ ਨੌ ਇਲਤਨੀ ਵਾਲਾ ਫਿਗਰ ਆਤ ਇੰਡੀਕਾ ਕੇ ਪ੍ਰੋਸੀਮਾ ਉਨ ਬੀ ਫਰੋਕਰਾਸੀਓਨ ਐਪੈਰੀਕਲੋਜ਼ ਆਫ ਹਾਲਸੋ ਕੋਈ ਕਿ ਭਾਈ ਅੱਗੇ ਇੱਕ ਮੋਰ ਖਤਰਨਾਕ ਇਹਨਾਂ ਤੁਸੀਂ ਇਹ ਕਹਿ ਲਓ 598 ਪੇਜ ਚਲੋ ਕੋਸ਼ਿਸ਼ ਕਰਦੇ ਹਾਂ ਇਹਨਾਂ ਨੂੰ ਵੀ ਐ ਹੋਣਾ ਖੱਬੇ ਦੀ ਇਜਾਜ਼ਤ ਹੈ ਤੇ ਸਿੱਧਿਆਂ ਜਾਣ ਦੀ ਇਜਾਜ਼ਤ ਹੈ ਸੱਜੇ ਦੀ ਨਹੀਂ ਹੈ ਹੁਣ sinistrata ਤੇ prosecute ਰਿਤੋਵੇ ਸਵਾਲ ਹੋ ਜਾਂਦੇ ਡਾਇਰੈਕਸ਼ਨ ਕੋਨ ਸੈਂਟੀ ਤੇ ਦਿਰਿਤੋ ਇਸ ਨਿਸਤਰਾ ਸਿੱਧਿਆਂ ਦੀ ਜਾਂ ਖੱਬੇ ਦੀ ਇਲੇ ਸਨੇਆਲੇ ਦਾ ਫਿਗਰਾ ਤੋਂ ਕੋਨ ਸੈਂਟ ਤੇ ਸੋਲੋ ਦੀ ਪ੍ਰੋਸੀਗੂਰ ਦਿਰਿਤੋ ਆਜ਼ ਵੋਲਤਾ ਸਨਿਸਤਰਾ ਸਿੱਧਿਆਂ ਤੇ ਸਨਿਸਤਰਾ ਜੀ ਠੀਕ ਹੈ ਨੋਨ ਕੋਨ ਸੈਂਟ ਲਾਜ਼ ਵੋਲਤਾ ਦੇਸਤਰਾ ਸੱਜੇ ਮੁਰੰਦੀ ਇਜਾਜ਼ਤ ਨਹੀਂ ਬਿਲਕੁਲ ਠੀਕ ਹੈ ਸਵਾਲ ਨੰਬਰ 3 ਇਲਸਨਿਆਲੇ ਦਾ ਫਿਗਰਾ ਤੋਂ ਓਬਲੀਗਾ ਅਜ਼ਵਲ ਤਾਰੇ ਲਾਜ਼ਮੀ ਮੁਰਜਾਉ ਅਸਨੀਸਤਰਾ ਖੱਬਿਓ ਪ੍ਰੋਸੀਗੂਰ ਅਗ੍ਰੀਤੋ ਖੱਬੇ ਜਾਂ ਸਿੱਧਿਆਂ ਜੀ ਠੀਕ ਹੈ ਸਵਾਲ ਨੰਬਰ 4 ਇਲਸਨਿਆਲੇ ਦਾ ਫਿਗਰਾ ਤੋਂ ਇੰਦੀ ਕਾ ਦੱਸ ਰਿਹਾ ਕਿ ਨੌਨ ਸੀ ਦੇਵੇ ਜ਼ਵਲ ਤਾਰੇ ਆ ਦੇਸ ਤਰਾ ਜ਼ਰੂਰ ਨਹੀਂ ਤੁਸੀਂ ਜਾ ਸਕਦੇ ਮੁਰ ਸਕਦੇ ਸੱਜੇ ਪਾਸੇ ਬਿਲਕੁਲ ਸਵਾਲ ਨੰਬਰ 5 ਪਾਬੰਦੀ ਵਾਲਾ ਸਿਗਨਲ 6 ਇਲਸਨੀਆਲੇ ਲਾਫੀ ਗਰਾਤ ਤੁਸੀਂ ਤਰਵਾ ਮਿਲ ਸਕਦਾ ਅੰਕ 4 ਦੀ ਚੈਂਤਰੀ ਆਪੀ ਤਾਤੀ ਰਹਾਸ਼ੀਬਾਦੀ ਤੋਂ ਬਾਹਰ ਵੀ ਮਿਲ ਸਕਦਾ ਇਹ ਨਵਾਂ ਸਵਾਲ ਹੈ ਜੀ ਬਿਲਕੁਲ ਹਾਸ਼ੀਬਾਦੀ ਤੋਂ ਬਾਹਰ ਵੀ ਮਿਲ ਸਕਦਾ ਹੈ ਇਲਸਨੀਆਲੇ ਲਾਫੀ ਗਰਾਤ ਕੌਨਸੈਂਟ ਤੇ ਸੋਲੋ ਦੀ ਪ੍ਰੋਸੀਗੂਰੇਦਰੀ ਤੋਂ ਸਿਰਫ ਸਿੱਧਿਆਂ ਜਾਣ ਦੀ ਇਜਾਜ਼ਤ ਹੈ ਫਾਲਸੋ ਸਵਾਲ ਨੰਬਰ 8 ਇਲਸਨੀਆਲੇ ਲਾਫੀ ਗਰਾਤ ਇੰਦੀਕਾ ਕੇ ਕੌਨਸੈਂਟਿਤ ਸੁਲਤਾਨ ਤੇ ਜ਼ਵਲਤਾਰਿਆ ਸਿਨਿਸਤਰਾ ਸਿਰਫ ਖੱਬੇ ਮੁਰਨ ਦੀ ਇਜਾਜ਼ਤ ਫਾਲਸ ਸਿੱਧੀਆਂ ਵੀ ਜਾਂਦੀ ਐ ਸੁਨਿਆਲੇ ਰਾਫੀ ਗਰਾਤ ਉਬਲੀਗਾ ਆਪਸਾਰੇ ਲੰਗੋ ਸਨੀਸਟਰਾ ਖੱਬੇ ਪਾਸੇ ਦੀ ਨੂੰ ਕੰਨ ਤੇ ਇਸ ਤਰ੍ਹਾਂ ਦਾ ਲੇ ਰੋਡ ਤੇ ਕੰਮ ਹੋ ਰਿਹਾ ਤੇ ਤੁਸੀਂ ਉਹਦੇ ਖੱਬੇ ਪਾਸੇ ਦੀ ਹੋ ਕੇ ਲੰਗੋ ਫਾਲਸ ਸਵਾਲ ਨੰਬਰ 10 ਇਲ ਸੁਨਿਆਲੇ ਰਾਫੀ ਗਰਾਤ ਕਨਸੈਂਟ ਦੀ ਸੁਰ ਪਾਸ ਆ ਰਿਹਾ ਸਨੀਸਟਰਾ ਪਲਸਪਾਰ ਦਾ ਟ੍ਰਾਫਿਕ ਕੋ ਟਾਪਿਕ ਤੋਂ ਹਟ ਕੇ ਵੇ ਇਜਾਜ਼ਤ ਦੇ ਰਿਹਾ ਓਵਰਟੇਕ ਕਰਨ ਦੀ ਖੱਬੇ ਪਾਸੇ ਇੱਕ ਪਾਸੇ ਟ੍ਰਾਫਿਕ ਨੂੰ ਇੰਡੀਕੇਸ਼ਨ ਹੁੰਦਾ ਸਿਗਨਲ ਪੈਰੀ ক্লোਜ਼ ਦਾ ਸਿਗਨਲ ਫਾਲਸ ਹੋ ਗਿਆ ਜੀ 199 ਨੰਬਰ ਪੇਜ ਆ ਗਿਆ ਗੋਹੀ ਟਾਪਿਕ ਹੈ ਇਲਸਨੇ ਵਾਲਾ ਫਿਗਰਾਤ ਇੰਦੀਕਾ ਕੇ ਕੌਨਸੈਂਤੀਤੋ ਪ੍ਰੋਸੀਗੁਰੇ ਡ੍ਰੀਤੂ ਇਜਾਜ਼ਤ ਤੇ ਸਿੱਧਿਆਂ ਜਾਣਦੀ ਕੇ ਕੌਨਸੈਂਤੀਤੋ ਜ਼ਵਲਤਾਰਿਆ ਸਨੇਸਰੇ ਇਜਾਜ਼ਤ ਖੱਬੇ ਜਾਣਦੀ ਇੰਦੀਕਾ ਕੇ ਕੇਸੀ ਪੋਸ਼ ਸ਼ਲੀਅਰੇ ਫਰਾਲੇ ਦੂਵੇਦੇ ਰੈਸੀਓਨੇ ਕੌਨਸੈਂਤੀਤੋ ਦੋ ਡਾਇਰੈਕਸ਼ਨਾਂ ਨੇ ਜਿੰਨਾਂ ਨੂੰ ਤੁਸੀਂ ਸਿਲੈਕਟ ਕਰ ਸਕਦੇ ਹੋ ਜੀ ਇਲਸਨੇ ਵਾਲਾ ਫਿਗਰਾਤ ਇੰਦੀਕਾ ਕੇ ਸਿੱਧੇ ਦੇਵੇ ਦਾਰੇਲਾ ਪ੍ਰੇਚੇ ਦੇਨ ਜ਼ਾਦ ਇਸ ਤਰ੍ਹਾਂ ਸੱਜੇ ਪਾਸੇ ਆਉਣ ਵਾਲਿਆਂ ਨੂੰ ਹੱਕ ਦਾ ਬਫਾਲਸੋ ਪੰਜ オਬਲੀਗਾਟੋਰੀ ਪ੍ਰੋਸੀਗੂਰ ਸੋਲੋ ਦ੍ਰੀਤੋ ਸਿਰਫ ਸਿੱਧਿਆਂ ਜਾਣ ਦੀ ਇਜਾਜ਼ਤ ਹੈ ਫਾਲਸੋ ਕਿਉਂਕਿ ਤੁਸੀਂ ਤਸਵੀਰ ਵੇਖ ਲਈਏ ਤੁਸੀਂ ਖੱਬੇ ਵੀ ਜਾ ਸਕਦੇ ਹੋ 6 ਇੰਦੀ ਕਾ ਕੇ オਬਲੀਗਾਟੋਰੀਜ਼ ਬਲਤਾਰੇ ਉਨੇ ਕਾ ਮੈਨਤੇ ਸਿਨੀਸਟਰਾ ਸਿਰਫ ਤੁਸੀਂ ਖੱਬੇ ਜਾ ਸਕਦੇ ਹੋ ਉਨੇ ਕਾ ਮੈਨਤੇ ਦੇ ਸਵਾਲ ਫਾਲਸੋ ਨੇ ਸਾਰੇ इसनयाले रा फिक्रात इन केसिस इन करो चंद ने इन पैरिक्लोजो फॉल्सो थानू अगे जा के एक मिल रहा चौक मिल रहा जिथे पेरीकलोज है फॉलसो ए बाई बिज़ोनिया इन ओनिकाजो अभी चिनार शिल्पीओ पोसिबिल अल आस दिल्ला कर जाता ਦਿਖਾਇਆ ਗਿਆ ਸਿਗਨਲ ਦੱਸ ਰਿਹਾ ਜ਼ਰੂਰਤ ਹੈ ਕਿ ਜਿੰਨਾ ਮਮਕਨ ਹੋ ਸਕੇ ਆਪਣੇ ਕਰੇ ਜਾਤੇ ਤੇ ਕਿਨਾਰੇ ਦੇ ਨਜ਼ਦੀਕ ਹੋਈਏ ਫਾਲਸ ਸੋਇਲ ਸਨਿਆਲੇਲਾ ਫਿਗਰ ਆਤਿੰਦੀ ਕਾ ਕੇਲ ਕੁਰਸੀ ਦੀ ਅਵਿਲੈਬਿਲਿਟੀ ਵੇਨ ਤਾਨੋ ਦੋਵੇ ਜੇੜੇ ਕੁਰਸੀ ਮਜੂਦ ਸਾਨੂੰ ਬਣ ਗਏ ਨੇ ਦੋਹਾਂ ਦੇ ਵਿੱਚ ਫਾਲਸੋ ਹੋ ਗਿਆ ਅੱਗੇ ਪੇਜ ਨੰਬਰ 200 ਤੇ ਆ ਗਿਆ ਇਹ ਹੁਣ ਪਸਾਰੇ ਵਾਲੇ ਆ ਗਏ ਨੇ ਜਿਹੜੀ ਮੈਂ ਗੱਲ ਕਰਨਾ ਨਾ ਕਿ ਨਾਲੋਂ ਦੀ ਹੋ ਕੇ ਲੰਗੋ ਤੇ ਠੀਕ ਹੈ ਇਨਸ਼ਾ ਅੱਲਾਹ ਤਾਲਾ ਇਹ ਫਿਰ ਨਵੇਂ ਲੈਸਨ ਦੇ ਵਿੱਚ ਸਾਰਾ ਟਾਪਿਕ ਕਲੀਅਰ ਕਰਾਂਗੇ ਅਸਲਾਮੁਅਲੈਕਮ ਫੀ ਅਮਾਨਿਲਾ